names bond james bond 0007 ek zero vadda te asal vich hega ki hai ke names cheema sarbjeet cheema ਇਹ ਚੀਮੇ ਬਾਈ ਦੀ ਗੱਡੀ ਹੈ ਅਤੇ ਚੀਮੇ ਬਾਈ ਦਾ ਘਰ ਹੈ ਅਸੀਂ ਆਲਰੇਡੀ ਪਹੁੰਚ ਚੁੱਕੇ ਹਾਂ ਕੀ ਹੈ ਕਿ ਯਾਰ ਤੁਸੀਂ ਸਾਨੂੰ ਬਹੁਤ ਲਾਂਭੇ ਦਿੱਤੇ ਆ ਵੀ ਅਸੀਂ ਆਰਟਿਸਟ ਨੂੰ ਘਰੇ ਜਾ ਕੇ ਉਠਾਉਂਦੇ ਹਾਂ ਉਹਨਾਂ ਨੂੰ ਤੰਗ ਕਰਦੇ ਹਾਂ ਤੁਹਾਡਾ ਮਾਣ ਰੱਖ ਲਿਆ ਸੀ ਇਸ ਵਾਰੀ ਪਹਿਲਾਂ ਹੀ ਪਹੁੰਚ ਗਏ ਹਾਂ ਬਾਈ ਅੰਦਰ ਤਿਆਰ ਹੋ ਰਹੇ ਨੇ ਉਹਨਾਂ ਨੂੰ ਪਤਾ ਅਸੀਂ ਆਏ ਹੋਏ ਹਾਂ ਅੱਜ ਸ਼ੂਟਿੰਗ ਹੋਣੀ ਆ ਸਭ ਪਲੈਨਡ ਹੈਗਾ ਉਹਨਾਂ ਨੇ ਆਲਰੇਡੀ ਤਿਆਰੀ ਕੀਤੀ ਹੋਈ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅੱਗੇ ਤੋਂ ਅਸੀਂ ਕਿਸੇ ਆਰਟਿਸਟ ਨੂੰ ਤੰਗ ਨਹੀਂ ਕਰਾਂਗੇ ਸਾਨੂੰ ਚੰਗਾ ਲੱਗਦਾ ਹੈ ਤੰਗ ਕਰਨਾ ਸਵੇਰੇ ਸਵੇਰੇ ਜਾ ਕੇ ਉਠਾਉਣਾ ਕਿਸੇ ਨੂੰ ਸੋ ਆਪਾਂ ਮਿਲਦੇ ਹਾਂ ਸਰਬਜੀਤ ਚੀਮੇ ਬਾਈ ਉਹਨਾਂ ਨੂੰ ਆਓ ਮਿਲੀਏ ਫਿਰ ਮੈਂ ਤਾਂ ਹੁਣੇ ਅੰਦਰੋਂ ਦੇਖ ਕੇ ਗਿਆ ਤੇ ਤੁਸੀਂ ਵੀ ਇੰਪ੍ਰੈਸ ਹੋ ਜਾਓ ਇੰਨੀਆਂ ਟਰੋਫੀਆਂ ਔਰ ਕਿੰਨੇ ਤਰਤੀਬ 'ਚ ਰੱਖੇ ਹੋਏ ਆ ਬਾਈ ਹੁਣਾਂ ਨੇ ਹਰੇਕ ਟਰੋਫੀ 'ਤੇ ਸਰਬਜੀਤ ਚੀਮੇ ਬਾਈ ਦਾ ਨਾਮ ਆ ਤੁਸੀਂ ਟਰੋਫੀਆਂ ਦੇਖੋ ਵੀ ਆਪਾਂ ਬਾਈ ਦੀ ਵੇਟ ਕਰਦੇ ਹਾਂ ਉਹਨੀ ਦੇਰ ਦੇਖੋ ਟਰੋਫੀਆਂ ਸਾਡੇ ਵਾਲੀ ਪਈ ਹੈ ਥਰਡ ਐਨੂਅਲ ਈ ਟੀ ਸੀ ਚੈਨਲ ਪੰਜਾਬੀ ਮਿਊਜ਼ਿਕ ਅਵਾਰਡਸ 2006 ਬੈਸਟ ਫੋਕ ਪੋਪ ਐਲਬਮ ਇਹ ਮੈਨੂੰ ਲੱਗਦਾ ਬਾਈ ਨੂੰ ਸੋਨੇ ਦੀ ਚਿੜੀ ਐਲਬਮ ਲਈ ਮਿਲੀ ਸੀ ਟਰੋਫੀ ਵੀ ਸੋਨੇ ਵਰਗੀ ਹੈ ਬਾਈ ਬੋਬੀ ਜੀ ਬਾਈ ਜੀ ਧੰਨਵਾਦ ਮਹਾਰਾਜ ਇੱਕ ਵਾਰੀ ਫੇਰ ਕੈਮਰੇ ਲਈ ਇੱਕ ਵਾਰੀ ਫੇਰ ਮਿਲ ਲਈਏ ਹਾਂਜੀ ਹਾਂਜੀ ਬਿਲਕੁਲ ਬੈਠੋ ਬਾਈ ਜੀ ਆਓ ਜੀ ਆਓ ਕਿਉਂਕਿ ਮੈਂ ਪਹਿਲਾਂ ਹੀ ਦੱਸ ਕੇ ਆਇਆ ਵੀ ਭਾਈ ਇਸ ਵਾਰੀ ਅਸੀਂ ਚੀਮੇ ਬਾਈ ਨੂੰ ਤੰਗ ਨਹੀਂ ਕੀਤਾ ਉਠਾਇਆ ਨਹੀਂ ਸੱਚੀ ਗੱਲ ਵੈਸੇ ਇਹ ਹੈ ਕਿ ਤੰਗ ਤੁਸੀਂ ਕੀਤਾ ਉਠਾਇਆ ਤੁਸੀਂ ਆ ਗਿਆ ਪਰ ਛੂਟ ਨਹੀਂ ਕੀਤਾ ਉਠਾ ਤਾਂ ਲਿਆਈ ਤੁਹਾਨੂੰ ਆ ਕੇ ਇੱਦਾਂ ਫਰਕ ਕੀਤਾ ਤਾਂ ਉਹੀ ਹੈ ਬਸ ਕਿਉਂਕਿ ਨਾ ਸਾਨੂੰ ਐਂ ਵੀ ਚਲੋ ਲੋਕਾਂ ਦਾ ਮਾਣ ਰੱਖ ਲਿਆ ਬਈ ਅੱਜ ਆਪਾਂ ਤੰਗ ਨਹੀਂ ਕਰ ਰਹੇ ਬਾਈ ਨੂੰ ਤੇ ਤਿਆਰ ਤੁਰ ਕਰਕੇ ਨਾਲੇ ਤੁਸੀਂ ਮਾਲਕ ਬੰਦੇ ਹੋ ਮਾਰੇ ਮਾਲਕਾਂ ਮਰਜ਼ੀ ਮਾਲਕਾਂ ਦੀ ਹੁੰਦੀ ਅਸੀਂ ਕਦੇ ਮਾਲਕਾਂ ਜੀ ਮਾਲਕ ਤਾਂ ਉਹ ਬੈਠੇ ਨੇ ਕੈਮਰੇ ਪਿੱਛੇ ਹੋਰ ਦੱਸੋ ਬਾਈ ਜੀ ਕਿੱਦਾਂ ਅੱਜ ਕੱਲ੍ਹ ਤੁਸੀਂ ਹੁਣ ਕੈਨੇਡਾ ਹੀ ਰਹਿੰਦੇ ਹੋ ਮਸਾਂ ਹੀ ਕਿਹੜਾ ਮਾਰਿਆ ਪੰਜਾਬ 'ਚ ਉਹ ਕੈਨੇਡਾ ਇਵੇਂ ਜੀ ਪਰਿਵਾਰ ਸਾਰਾ ਉੱਥੇ ਆ ਬੱਚੇ ਉੱਥੇ ਨੇ ਫੈਮਿਲੀ ਸਾਰੀ ਉੱਥੇ ਆ ਕੰਮ ਘਰ ਇੱਥੇ ਆ ਕੰਮ ਘਰ ਇੱਥੇ ਆ ਹਾਂ ਤੇ ਉਹਦੇ ਨਾਲ ਦੋਨੇ ਪਾਸੇ ਇੱਕ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਤੇ ਅੱਜ ਬਹੁਤ ਧੰਨਭਾਗ ਹੈ ਤੁਸੀਂ ਆਏ ਹੋ ਈ ਟੀ ਸੀ ਚੈਨਲ ਆਇਆ ਜਿਹਦੇ ਜ਼ਰੀਏ ਸਾਡੇ ਸਾਰੇ ਪੰਜਾਬੀਆਂ ਨੇ ਜਿੱਥੇ ਜਿੱਥੇ ਬੈਠੇ ਨੇ ਦੁਨੀਆ ਭਰ ਦੇ ਵਿੱਚ ਸਭ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੋ ਆਪਾਂ ਰੂਹ ਦੀਆਂ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹਾਂ ਹਾਂਜੀ ਸਹੀ ਗੱਲ ਅੱਛਾ ਕਾ ਦੱਸੋ ਦਾੜੀ ਮੁੱਛਾਂ ਕਿੱਦਾਂ ਮਤਲਬ ਲੁੱਕ ਚੇਂਜ ਕਰ ਲਈ ਤੁਸੀਂ ਦਾੜੀ ਮੁੱਛਾਂ ਦਾ ਬਾਬੀ ਇੱਦਾਂ ਆ ਵੀ ਤੁਸੀਂ ਚਾਰਕ ਦੇ ਨਾਂ ਨਾ ਆਓ ਸਹੀ ਇਹ ਕਿਹੜੀ ਆਪਾਂ ਕਿਤੋਂ ਲੈ ਕੇ ਲਾਉਣੀ ਆ ਜੀ ਇਹ ਮੈਂ ਪੰਜ ਸੱਤ ਦਿਨ ਸ਼ੇਪ ਨਹੀਂ ਕੀਤੀ ਘਰ ਦੀ ਖੇਤੀ ਆ ਨਹੀਂ ਪਹਿਲਾਂ ਮੈਂ ਦੇਖਿਆ ਤੁਹਾਨੂੰ ਕਲੀਨ ਸ਼ੇਵ ਹੀ ਹੈ ਨਾ ਦਾੜੀ ਮੁੱਛਾਂ ਦੇਖਿਆ ਨਹੀਂ ਕਦੇ ਜਦੋਂ ਮੈਂ ਇਸ ਮੈਂ ਪ੍ਰੋਫੈਸ਼ਨ 'ਚ ਆਇਆ ਤਕਰੀਬਨ ਮੈਂ ਕਲੀਨ ਸ਼ੇਵ ਹੀ ਹੈਗਾ ਬਈ ਜਦੋਂ ਤੁਸੀਂ ਕਾਲਜ ਹੁੰਦੇ ਸੀ ਉਦੋਂ ਵੀ ਤੁਸੀਂ ਕਲੀਨ ਸ਼ੇਵ ਸੀ ਰੱਖੀ ਹੋਈ ਸੀ ਦਾੜੀ ਮੁੱਛਾਂ ਮੈਂ ਪਗੜੀ ਬੰਨਦਾ ਸੀ ਪਹਿਲਾਂ ਪੱਗ ਬੰਨਦੇ ਸੀ ਪ੍ਰੋਪਰ ਥੋੜ੍ਹੇ ਟਾਈਮ ਮੈਂ ਪੱਗ ਬੰਨਦਾ ਸੀ ਕੈਨੇਡਾ ਗਿਆ ਜਦੋਂ ਸਿੰਗਿੰਗ ਤੋਂ ਪਹਿਲਾਂ ਹਾਂਜੀ ਅਤੇ ਪੱਗ ਬੰਨਣੀ ਛੱਡ ਦਿੱਤੀ ਅਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਪ੍ਰੋਫੈਸ਼ਨ 'ਚ ਆ ਗਿਆ ਇਸ ਦੇ ਵਿੱਚ ਫਿਰ ਉਹੀ ਲੁੱਕ ਨਾਲ ਅਟੈਚ ਹੋ ਗਈ ਤੁਹਾਡੇ ਹਾਂਜੀ ਇਹ ਮਤਲਬ ਸਿਰਫ ਨਾ ਨਹਾਉਣ ਦੇ ਕਰਕੇ ਹੋਈ ਹੈ ਕਿ ਹੈਗਾ ਕੋਈ ਮੂਡ ਬਈ ਰੱਖਣੀ ਹੈ ਹੁਣ ਨਹੀਂ ਦੇਖੋ ਮੇਨ ਕਾਰਨ ਬਾਬੀ ਇਹ ਸੀਗਾ ਕਿ ਧਾਰਮਿਕ ਸੀ ਡੀ ਅਸੀਂ ਇੱਕ ਬਣਾਈ ਹੈ ਜਿਹੜੀ ਅਸੀਂ ਰਿਲੀਜ਼ ਵੀ ਕੀਤੀ ਹੈ ਅੱਛਾ ਜੀ ਉਹਦਾ ਟਾਈਟਲ ਹੈ ਬੋਲੇ ਸੋਨਿਆ ਓਕੇ ਅਤੇ ਉਹ ਇੱਕ ਬੜੀ ਦੇਰ ਤੋਂ ਕੰਮ ਸ਼ੁਰੂ ਕੀਤਾ ਹੋਇਆ ਸੀ ਫਸਿਆ ਸੀ ਮੈਂ ਕਿਹਾ ਬਾਬੇ ਦਾ ਕੰਮ ਹੈ ਇਹਨੂੰ ਰਿਲੀਜ਼ ਕਰਨਾ ਚਾਹੀਦਾ ਲੋਕਾਂ ਸਾਹਮਣੇ ਲੈ ਕੇ ਆਈਏ ਧਾਰਮਿਕ ਸੌਂਗਸ ਨੇ ਅਤੇ ਉਹ ਪੱਗ ਬੰਨਣੀ ਕਰਕੇ ਉਹਦਾ ਜਿਹੜਾ ਇਸ਼ਤਿਹਾਰ ਹੈ ਮੇਨ ਉਹ ਅਸੀਂ ਇੱਕ ਮੈਂ ਚਾਹੁੰਦਾ ਸੀ ਪਗੜੀ ਵਾਲਾ ਲਾਵਾਂ ਫੋਟੋ ਆਪਣੀ ਮੇਨ ਅਤੇ ਉਹ ਪਗੜੀ ਫਿਰ ਮੇਰਾ ਦਿਲ ਨਹੀਂ ਕੀਤਾ ਕਿ ਮੈਂ ਸ਼ੇਪ 'ਤੇ ਪਗੜੀ ਬੰਨਾਂ ਉਹ ਗੱਲ ਜੱਚਦੀ ਵੀ ਨਹੀਂ ਅਤੇ ਉਹਦੇ ਕਰਕੇ ਧਾਰਮਿਕ ਸੀ ਡੀ ਕਰਕੇ ਦੇਖੀ ਗਈ ਆ ਅੱਗੇ ਹੁਣ ਦੇਖਦੇ ਹਾਂ ਜੀ ਇਹ ਥੋੜ੍ਹੀ ਹੋ ਸਕਦਾ ਅੱਗੇ ਤੁਹਾਡੀ ਇਹੀ ਪਰਮਾਨੈਂਟ ਬਣ ਜਾਏ ਬਿਲਕੁਲ ਵਧੀਆ ਲੱਗਦੀ ਵੈਸੇ ਥੈਂਕ ਯੂ ਕੈਮ ਰਫ ਜੀ ਲੁੱਕ ਲੱਗਦੀ ਹੈ ਅੱਛਾ ਬਈ ਇੱਕ ਹੋਰ ਮੈਂ ਪੁੱਛਣਾ ਸੀ ਤੁਹਾਨੂੰ ਵੀ ਇੰਨੀਆਂ ਟਰੋਫੀਜ਼ ਅੱਛਾ ਇਹ ਵੀ ਨਹੀਂ ਵੀ ਬਾਜ਼ਾਰੋਂ ਲਿਆ ਕੇ ਰੱਖੀਆਂ ਹੋਈਆਂ ਨਾਮ ਸਾਰੀਆਂ 'ਤੇ ਲਿਖਿਆ ਹੋਇਆ ਨਾਮ ਸਾਰੀਆਂ 'ਤੇ ਲਿਖਿਆ ਸਰਬਜੀਤ ਚੀਮਾ ਇਹ ਮੈਂ ਇੰਨੀਆਂ ਟਰੋਫੀਆਂ ਕਿਸੇ ਦੇ ਘਰੇ ਦੇਖੀਆਂ ਨਹੀਂ ਅੱਜ ਤਾਈ ਮੈਂ ਕਈ ਘਰੇ ਗਿਆ ਮਤਲਬ ਕਈ ਆਰਟਿਸਟਾਂ ਦੇ ਘਰ ਜਾਣ ਦਾ ਮੌਕਾ ਮਿਲਿਆ ਇਹ ਕਿੱਦਾਂ ਤੁਸੀਂ ਅੱਛਾ ਗੱਲ ਹੋਰ ਨੋਟ ਕੀਤੀ ਹੈ ਮੈਂ ਜੇ ਤੁਸੀਂ ਵੀ ਦੇਖ ਸਕਦੇ ਹੋ ਇਹ ਬਾਈ ਨੇ ਬ੍ਰੈਕਟ ਇੱਦਾਂ ਨਾਲ ਲਾਏ ਹੋਏ ਹੈ
ਵੀ ਹਰੇਕ ਟਰਾਫੀ ਦੀ ਹਾਈਟ ਦੇ ਹਿਸਾਬ ਨਾਲ ਉਹਨੂੰ ਐਡਜਸਟ ਕੀਤਾ ਹੋਇਆ ਜਮਾਂ ਵੀ ਥਾਂ ਖਰਾਬ ਨਹੀਂ ਕੀਤੀ ਹੋਈ ਇਹ ਕਿੱਦਾਂ ਬਈ ਤੁਸੀਂ ਕਲੈਕਸ਼ਨ ਕੀਤੀ ਹੋਈ ਆਪਦੀ ਇਹ ਬਾਬੂ ਜੀ ਗੱਲ ਇੱਦਾਂ ਕਿ ਕਲੈਕਸ਼ਨ ਦੇਖੋ ਇਹ ਤਾਂ ਮੈਂ ਨਹੀਂ ਕੀਤੀ ਇਹ ਕਲੈਕਸ਼ਨ ਤਾਂ ਲੋਕਾਂ ਵੱਲੋਂ ਹੀ ਹੋਈ ਆ ਔਰ ਇਹਨੂੰ ਜਿਹੜਾ ਟਿਕਾਉਣ ਦਾ ਸਜਾਉਣ ਦਾ ਇਹ ਜ਼ਰੂਰ ਸਾਡੇ ਪਰਿਵਾਰ ਦੀ ਸਾਰੀ ਸਾਡੀ ਸੋਚ ਹੈ ਕਿ ਇਹ ਜਿਹੜਾ ਸਭ ਤੋਂ ਵੱਡਾ ਪਿਆਰ ਮੈਂ ਇਹਨੂੰ ਮੰਨਦਾ ਪੈਸਾ ਤਾਂ ਇਨਸਾਨ ਨੂੰ ਅੱਜ ਆਇਆ ਕੱਲ੍ਹ ਗਿਆ ਸਿਆਣੇ ਕਹਿੰਦੇ ਹੱਥਾਂ ਦੀ ਮੈਲ ਆ ਨਾ ਪੈਸਾ ਕਿਸੇ ਦੀ ਜਾਇਦਾਦ ਨਹੀਂ ਇਹ ਜਿਹੜੀ ਚੀਜ਼ ਹੈ ਇਹ ਤੁਹਾਡੀ ਸਭ ਤੋਂ ਵੱਡੀ ਪ੍ਰੋਪਰਟੀ ਆ ਤੇ ਆਪਣਾ ਹੁਣ ਕੀ ਪ੍ਰੋਗਰਾਮ ਹੈ ਫਿਰ ਅੱਜ ਕੀ ਕਰਨਾ ਹੁਣ ਤੁਸੀਂ ਥੋੜ੍ਹਾ ਬਹੁਤ ਸਮਝ ਗਏ ਆਪਾਂ ਗੀਤਕਾਰੀ ਬਾਰੇ ਗੱਲ ਕਰਾਂਗੇ ਜਿਹੜੇ ਤੁਸੀਂ ਗੀਤ ਲਿਖਦੇ ਵੀ ਹੋ ਥੋੜ੍ਹੇ ਬਹੁਤ ਸੁਣਾਂਗੇ ਵੀ ਤੇ ਉਸ ਤੋਂ ਇਲਾਵਾ ਫਿਰ ਕੀ ਹੈ ਹੋਰ ਕੀ ਪਲਾਨ ਜੇ ਆਪਾਂ ਕਰ ਸਕੀਏ ਅੱਜ ਅੱਜ ਮੇਰਾ ਦਿਲ ਇਹ ਕਰਦਾ ਕਿ ਆਪਾਂ ਦੇਖੋ ਜਿੱਥੇ ਮੈਂ ਪੈਦਾ ਹੋਇਆ ਜਿੱਥੇ ਮੇਰੀਆਂ ਰੂਟਸ ਨੇ ਚਲੋ ਬੰਦਾ ਇਨਸਾਨ ਦਾ ਇੱਕ ਸਫ਼ਰ ਹੈ ਜ਼ਿੰਦਗੀ ਦਾ ਬੰਦਾ ਤੁਰਦਾ ਜਾਂਦਾ ਕਿਤੇ ਦੀ ਕਿਤੇ ਦੀ ਕਿਤੇ ਲੰਘਦਾ ਬੰਦਾ ਸ਼ੁਰੂ ਕਿੱਥੋਂ ਹੁੰਦਾ ਉਹ ਚੀਜ਼ ਮੈਂ ਚਾਹੁੰਦਾ ਵੀ ਆਪਾਂ ਉਹਨੂੰ ਨਾ ਛੱਡੀਏ ਜਿੱਥੇ ਮੈਂ ਪੈਦਾ ਹੋਇਆ ਮੇਰਾ ਪਿੰਡ ਚੀਮਾ ਕਲਾਂ ਜੋ ਨੂਰ ਮਹਿਲ ਦੇ ਕੋਲ ਹੈ ਉੱਥੇ ਹੀ ਮੈਂ ਜਾਣਾ ਚਾਹੁੰਦਾ ਔਰ ਲਾਇਲਪੁਰ ਖਾਲਸਾ ਕਾਲਜ ਜਿਹੜੀ ਸੰਸਥਾ ਹੈ ਔਰ ਉਹਦਾ ਮੇਰੀ ਲਾਈਫ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਸੇ ਤੁਸੀਂ ਪ੍ਰੋਡਕਟ ਹੋ ਹਾਂ ਔਰ ਬੜਾ ਕੁਝ ਉੱਥੋਂ ਮੈਂ ਸਿੱਖਿਆ ਅਤੇ ਬੜਾ ਕੁਝ ਮਿਲਿਆ ਉਹ ਪ੍ਰੋਫੈਸ਼ਨ ਦੇ ਵਿੱਚ ਮੈਂ ਉੱਥੋਂ ਬੜਾ ਕੁਝ ਖੱਟਿਆ ਜੀ ਔਰ ਖਾਲਸਾ ਕਾਲਜ ਦਾ ਜਿਹੜਾ ਨਾਂ ਆ ਉਹ ਮੇਰੇ ਨਾਲ ਜੁੜਿਆ ਹੋਇਆ ਜੀ ਅਤੇ ਮੈਂ ਉਹਦਾ ਤੁਸੀਂ ਕਹਿ ਲਓ ਪ੍ਰੋਡਕਟ ਕਹਿ ਲਓ ਉਹਦਾ ਬੱਚਾ ਕਹਿ ਲਓ ਉਹ ਮੇਰੇ ਲਈ ਬਹੁਤ ਵੱਡੀ ਚੀਜ਼ ਹੈ ਜੀ ਮੈਂ ਚਾਹਾਂਗਾ ਕਿ ਆਪਾਂ ਉੱਥੇ ਵੀ ਦਰਸ਼ਨ ਕਰਕੇ ਆਈਏ ਤੁਹਾਨੂੰ ਵੀ ਮੈਂ ਦਿਖਾ ਮਤਲਬ ਜਦੋਂ ਤੁਸੀਂ ਇਸ ਵਾਰੀ ਕੈਨੇਡਾ ਆਏ ਹੋ ਕੈਨੇਡਾ ਤੋਂ ਆਏ ਹੋ ਤੁਸੀਂ ਨਾ ਤਾਂ ਕਾਲਜ ਗਏ ਹੋਵੋਗੇ ਹੁਣ ਤਾਂ ਕਾਲਜ ਜਾਣ ਦਾ ਇਸ ਸਾਲ ਮੌਕਾ ਨਹੀਂ ਮਿਲਿਆ ਔਰ ਪਿੰਡ ਪਿੰਡ ਮੈਂ ਜਾਇਆ ਜੀ ਅੱਛਾ ਅਤੇ ਕੋ ਪਿੰਡ ਅਸੀਂ ਹਰ ਸਾਲ ਮੇਲਾ ਕਰਵਾਉਂਦੇ ਹਾਂ ਨਹੀਂ ਉਹ ਤਾਂ ਤੁਸੀਂ ਪਹਿਲਾਂ ਨਾ ਕੈਨੇਡਾ ਤੋਂ ਆਉਣ ਤੋਂ ਬਾਅਦ ਜਦੋਂ ਹੁਣ ਤੁਸੀਂ ਜਾਇਆ ਜੀ ਜਾਇਆ ਸੀ ਪਿੰਡ ਵਿੱਚ ਚੱਕਰ ਮਾਰ ਰਹੇ ਹਾਂ ਕਿਉਂਕਿ ਅਸੀਂ ਮੋਰਲੀ ਫਿਲਮ ਆਪਣੀ ਪੰਜਾਬ ਬੋਲਦਾ ਉਹ ਵੀ ਅਸੀਂ ਪਿੰਡ 'ਚ ਸ਼ੂਟ ਕਰ ਰਹੇ ਹਾਂ ਅੱਛਾ ਜੀ ਉਹਦੇ ਕਰਕੇ ਵੀ ਦੋ ਤਿੰਨ ਵਾਰੀ ਜਾਣਾ ਪਿਆ ਲੋਕੇਸ਼ਨਸ ਵਗੈਰਾ ਲੋਕੇਸ਼ਨਸ ਉੱਥੇ ਕਰ ਰਹੇ ਹਾਂ ਠੀਕ ਹੈ ਇਹ ਫਿਲਮ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਉਸ ਤੋਂ ਪਹਿਲਾਂ ਕਿ ਬ੍ਰੇਕ ਲਈਏ ਥੋੜ੍ਹਾ ਦੱਸ ਦਿਓ ਕਿਹੜੀ ਫਿਲਮ ਬਣਾਉਣ ਲੱਗੇ ਹੋ ਪੰਜਾਬ ਬੋਲਦਾ ਫਿਲਮ ਦਾ ਟਾਈਟਲ ਹੈ ਪੰਜਾਬ ਬੋਲਦਾ ਅੱਛਾ ਜੀ ਜੋ ਕਿ ਪੰਜਾਬ ਦੇ ਉੱਪਰ ਹੀ ਸਾਰੀ ਹੈਗੀ ਹੈ ਕਿ ਪ੍ਰੈਜ਼ੈਂਟ ਪੰਜਾਬ ਦੇ ਉੱਪਰ ਹੈਗੀ ਕਿ ਹੁਣ ਪੰਜਾਬ ਹੁਣ ਕਿੱਥੇ ਟਿਕਿਆ ਹੋਇਆ ਔਰ ਪੰਜਾਬ ਨੇ ਅੱਗੇ ਕਿਹੜੇ ਕਿਹੜੀਆਂ ਖੁਸ਼ੀਆਂ ਹਾਸਲ ਕੀਤੀਆਂ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕੀਤਾ ਪੰਜਾਬ ਨੇ ਹੁਣ ਤੱਕ ਵੰਡ ਤੋਂ ਲੈ ਕੇ 47 ਤੋਂ ਲੈ ਕੇ ਅਤੇ ਪੰਜਾਬ ਹੁਣ ਕਿੱਥੇ ਕਿ ਹੁਣ ਦਾ ਯੂਥ ਕਿੱਥੇ ਆ ਪੰਜਾਬ ਕਿੱਥੇ ਇਹ ਡਾਕੂਮੈਂਟਰੀ ਟਾਈਪ ਤਾਂ ਨਹੀਂ ਹੈ ਨਹੀਂ ਜੀ ਨਹੀਂ ਇਹ ਫਿਲਮ ਹੈ ਫਿਕਸ਼ਨ ਹੈ ਹਾਂ ਹਾਂ ਬਿਲਕੁਲ ਬਿਲਕੁਲ ਓਕੇ ਠੀਕ ਹੈ ਜੀ ਮਤਲਬ ਪਰ ਹੈ ਸਮਾਜਿਕ ਮੁੱਦੇ ਤੇ ਨਾਟ ਰੋਮਾਂਟਿਕ ਮੂਵੀ ਨਹੀਂ ਰੋਮਾਂਟਿਕ ਸਟੋਰੀ ਇਹਦੇ ਵਿੱਚ ਰੋਮਾਂਟਿਕ ਸਟੋਰੀ ਹੈ ਬੇਸਿਕਲੀ ਔਰ ਅੱਜ ਕੱਲ੍ਹ ਦਾ ਜਿਹੜਾ ਯੂਥ ਹੈ ਉਹ ਨਸ਼ਿਆਂ ਵੱਲ ਕਿਉਂ ਜਾ ਰਿਹਾ ਜ਼ਿਆਦਾ ਮਸਤੀ ਨੂੰ ਮਤਲਬ ਉਹ ਚੀਜ਼ਾਂ ਕਿਉਂ ਸਾਡੇ ਦੇਸ਼ ਦੇ ਵਿੱਚ ਆ ਰਹੀਆਂ ਦਾਜ ਦੀ ਸਮੱਸਿਆ ਨਸ਼ਿਆਂ ਦੀ ਸਮੱਸਿਆ ਇਹ ਸਾਰੀਆਂ ਦਿਖਾਵਾਂਗੇ ਪਰ ਮੌਜ ਮਸਤੀ ਜਿਹੜੀ ਉਹ ਫਿਲਮ ਦੇ ਵਿੱਚ ਪੂਰੀ ਹੈ ਜੀ ਅੱਛਾ ਜੇ ਕੋਈ ਜਿਹੜੇ ਦੋ ਚਾਰ ਅੱਛੇ ਫਰੈਂਡਸ ਨੇ ਉਹ ਚੰਗਾ ਕੰਮ ਵੀ ਕਰਦੇ ਆ ਲੋਕ ਜੁੜੇ ਹੋਏ ਚੰਗੇ ਕੰਮਾਂ ਦੇ ਵਿੱਚ ਉਹ ਨਾਲ ਦੀ ਨਾਲ ਆਪਣੀ ਜਿਹੜੀ ਲਾਈਫ ਆ ਉਹ ਬੜੇ ਖੁਸ਼ਹਾਲ ਰੱਖਣੀ ਚਾਹੁੰਦੇ ਆ ਅਤੇ ਦੇਸ਼ ਦਾ ਸੁਧਾਰ ਵੀ ਕਰਨਾ ਚਾਹੁੰਦੇ ਲੋ ਜੀ ਬਾਈ ਤੁਸੀਂ ਇਹ ਫਿਲਮ ਬਣਾਓ ਆਪਾਂ ਫਿਲਮ ਵੀ ਦੇਖਾਂਗੇ ਤੇ ਪਿੰਡ ਵੀ ਜਾਵਾਂਗੇ ਪਰ ਇਹ ਸਾਰਾ ਕੁਝ ਕਰਾਂਗੇ ਯਾਰ ਆਪਾਂ ਇੱਕ ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰਿਆਂ ਨੇ ਵਾਪਸ ਆ ਜਾਓ ਤੁਹਾਨੂੰ ਸਾਰਿਆਂ ਨੂੰ ਬਈ ਸੀ ਜੀਆਂ ਨੂੰ ਕਹਿੰਦੇ ਆ ਕਾਲਜ ਲਾਲਪੁਰ ਖਾਲਸਾ ਕਾਲਜ ਦੇ ਵਿੱਚ ਵਾਹ ਚੀਮੇ ਬਾਈ ਦਾ ਕਾਲਜ ਹੈ ਔਰ ਬਾਈ ਹੁਣੀ ਸਾਨੂੰ ਇੱਥੇ ਲੈ ਕੇ ਆਏ ਆ ਬਾਬੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਤਾਂ ਇੱਥੇ ਆਉਣ ਦਾ ਕਿਉਂਕਿ ਤੁਸੀਂ ਮੇਰੇ ਕਾਲਜ ਆਏ ਔਰ ਅਕਸਰ ਮੈਂ ਇਹਨੂੰ ਮੇਰਾ ਕਾਲਜ ਕਹਿ ਕੇ ਬੁਲਾਉਂਦਾ ਕਿਉਂਕਿ ਇਹ ਮੇਰਾ ਕਾਲਜ ਜਿਹੜਾ ਇੱਥੋਂ ਮੈਨੂੰ ਬਹੁਤ ਕੁਝ ਨਸੀਬ ਹੋਇਆ ਮੇਰੀ ਲਾਈਫ ਦੇ ਵਿੱਚ ਬਹੁਤ ਕੁਝ ਦਿੱਤਾ ਇਸ ਸੰਸਥਾ ਨੇ ਇਸ ਕਾਲਜ ਨੇ ਕਿ ਮੇਰੇ ਵਾਸਤੇ ਮੇਰਾ ਸਭ ਤੋਂ ਵੱਡਾ ਰੱਬ ਹੈ ਜੀ ਕੀ ਬਾਤ ਹੈ ਬਾਈ ਜੀ ਮੈਂ ਸਮਝਦਾ ਹੀ ਹਾਂ ਬਹੁਤ ਜ਼ਿਆਦਾ ਜਿਹੜੇ ਹੁੰਦੇ ਆ ਲੋਕ ਜਿਹੜੇ ਪੜ੍ਹਦੇ ਕਾਲਜ ਨਾਲ ਤਾਂ ਹਰ ਕੋਈ ਜੁੜਿਆ ਹੁੰਦਾ ਅੱਛੇ ਕੰਮ ਕਰੀਏ ਪਰ ਤੁਰ ਤੁਰ ਦੇ ਗੱਲਾਂ ਕਰਦੇ ਇੱਥੇ ਰੌਲਾ ਬਹੁਤ ਆ ਕਿਉਂਕਿ ਇਹ ਕਾਲਜ ਮੇਨ ਰੋਡ 'ਤੇ ਪੈਂਦਾ ਬਾਈ ਆ ਜਾਓ ਜੀ ਆਓ ਜੀ ਬੜਾ ਸੋਹਣਾ ਕਾਲਜ ਆ ਬਾਈ ਬਹੁਤ ਵਧੀਆ ਜੀ ਸਾਡੇ ਦੁਆਬੇ ਦਾ ਮੇਨ ਸਭ ਤੋਂ ਵੱਡਾ ਕਾਲਜ ਹੈ ਇਹ ਇਹਨਾਂ ਦੇ ਗਰਾਊਂਡ ਆ ਗਏ ਜੀ ਹਾਂਜੀ ਇਹ ਹਾਕੀ ਗਰਾਊਂਡ ਹੈ ਉਹ ਅੱਗੇ ਵਾਲੀ ਫੁੱਟਬਾਲ ਗਰਾਊਂਡ ਹੈ ਉਹ ਓਪਨ ਏਅਰ ਥੀਏਟਰ ਨਵਾਂ ਬਣਿਆ ਜੀ ਬਾਹਰ ਓਕੇ ਪਹਿਲੇ ਵਾਲਾ ਅੰਦਰ ਥੀਏਟਰ ਡਿਪਾਰਟਮੈਂਟ ਵੀ ਹੈਗਾ ਜੀ ਉਹਦੇ ਕਾਲਜ ਵਿੱਚ ਹਾਂਜੀ ਥੀਏਟਰ 'ਚ ਵੀ ਕੀਤਾ ਤੁਸੀਂ ਕਦੇ ਲਿਆ ਥੀਏਟਰਸ ਦੇ ਵਿੱਚ ਮੈਂ ਭਾਗ ਨਹੀਂ ਲਿਆ ਜੀ ਕਿਉਂਕਿ ਮੈਂ ਪਹਿਲਾਂ ਸਪੋਰਟਸ ਕਰਦਾ ਸੀ ਉਸ ਤੋਂ ਬਾਅਦ ਭੰਗੜੇ ਦੇ ਟ੍ਰਾਇਲ ਦਿੱਤੇ ਅਤੇ ਉਦੋਂ ਸਿਲੈਕਟ ਹੋ ਗਿਆ ਅਤੇ ਉਦੋਂ ਦਾ ਫਿਰ ਭੰਗੜੇ ਨਾਲ ਜੁੜ ਗਿਆ ਪਰ ਉਹ ਤੋਂ ਪਹਿਲਾਂ ਸਪੋਰਟਸ ਸੀਗੀਆਂ ਥੋੜ੍ਹੀਆਂ ਜਿਹੀਆਂ ਕਿਉਂਕਿ ਮੈਨੂੰ ਜਿੰਨਾ ਕੁ ਸੁਣਿਆ ਤੁਹਾਡੇ ਬਾਰੇ ਵੀ ਸਪੋਰਟਸ ਵਿੱਚ ਵੀ ਸੀਗੇ ਤੁਸੀਂ
ਆ ਸਪੋਰਟਸ ਮੈਂ ਪ੍ਰੋਫੈਸ਼ਨਲੀ ਕਬੱਡੀ ਤੇ ਹਾਕੀ ਖੇਡਦਾ ਸੀਗਾ ਐਥਲੈਟਿਕ ਵੀ ਮੈਂ ਸਾਰੇ ਕਰ ਲੈਂਦਾ ਸੀ ਠੀਕ ਠਾਕ ਵਧੀਆ ਔਰ ਕਬੱਡੀ ਮੈਂ ਪਿੰਡ ਪੱਧਰ ਤੇ ਮਤਲਬ ਵਧੀਆ ਮੈਚ ਵੀ ਲਾਏ ਨੇ ਅੱਛਾ ਜੀ ਓਪਨ ਵੇਟ ਤੱਕ ਓਕੇ ਹਾਂਜੀ ਉਸ ਤੋਂ ਬਾਅਦ ਰੋਡਾ ਮਾਰਦੇ ਜਾਫੀ ਸੀ ਸਟਾਪ ਕਰਦਾ ਸੀਗਾ ਜਾਫੀ ਹਾਂਜੀ ਤੇ ਉਸ ਦੇ ਨਾਲ ਨਾਲ ਸਕੂਲ ਤੱਕ ਮੈਂ ਕੈਪਟਨ ਵੀ ਰਿਹਾ ਹਾਕੀ ਦਾ ਜੀ ਓਕੇ ਠੀਕ ਸੀ ਗੇਮ ਵਧੀਆ ਖੇਡ ਲੈਂਦਾ ਸੀ ਉਸ ਤੋਂ ਬਾਅਦ ਕਾਲਜ ਆਏ ਹਾਕੀ ਜੁਆਇਨ ਕੀਤੀ ਪਹਿਲਾਂ ਹਾਕੀ ਜੁਆਇਨ ਕੀਤੀ ਨਾਲ ਕਬੱਡੀ ਵੀ ਖੇਡਦਾ ਸੀ ਔਰ ਹਾਕੀ ਜੁਆਇਨ ਕੀਤੀ ਕੀਤੀ ਤੇ ਭੰਗੜੇ ਦੇ ਟ੍ਰਾਇਲ ਦੇ ਬੈਠੇ ਜੀ ਫਿਰ ਭੰਗੜਾ ਬਸ ਭੰਗੜਾ ਰਚ ਗਿਆ ਹਾਂ ਕੀ ਵਾ ਭੰਗੜਾ ਵੀ ਕਿਤੋਂ ਸਿੱਖਿਆ ਸੀਗਾ ਕਿ ਕਿੱਦਾਂ ਜੀ ਭੰਗੜਾ ਮੈਂ ਸਿੱਖਿਆ ਨਹੀਂ ਜੀ ਕਿਸੇ ਤੋਂ ਵੀ ਜਦੋਂ ਮੈਂ ਇੱਥੇ ਫਿਰ ਕਾਲਜ ਸਿਲੈਕਟ ਹੋ ਗਿਆ ਹਾਂਜੀ ਫਿਰ ਤਾਂ ਪ੍ਰੋਪਰ ਸਿੱਖਿਆ ਜੀ ਮੈਂ ਫਿਰ ਤੋਂ ਪਰ ਟ੍ਰਾਇਲ ਦੇਣ ਤੱਕ ਮੈਨੂੰ ਸਭ ਲੋਕ ਇਹ ਕਹਿੰਦੇ ਸੀ ਮੇਰੇ ਸੀਨੀਅਰਸ ਵੀ ਕਿੱਥੋਂ ਸਿੱਖ ਕੇ ਆਇਆ ਔਰ ਉਹ ਪਰਮਾਤਮਾ ਦੀ ਦੇਣ ਉਹਨਾਂ ਨੇ ਸਿਖਾ ਕੇ ਭੇਜਿਆ ਬਾਬੇ ਨੇ ਔਰ ਦੂਜੀ ਗੱਲ ਮੈਂ ਇਹ ਦੱਸਦਾ ਕਿ ਮੈਂ ਜਦੋਂ ਜਿੰਨਾ ਚਿਰ ਵੀ ਕਾਲਜ ਪੜ੍ਹਿਆ ਅਤੇ ਸ਼ਰਾਰਤੀ ਬਹੁਤ ਸੀ ਮੈਂ ਹੁਣ ਮੈਂ ਆਪਣੇ ਆਪ ਨੂੰ ਬਹੁਤ ਚੇਂਜ ਕਰ ਲਿਆ ਬਹੁਤ ਜ਼ਿਆਦਾ ਚੇਂਜ ਆ ਗਈ ਮੇਰੀ ਲਾਈਫ ਦੇ ਵਿੱਚ ਅਤੇ ਕਾਲਜ ਟਾਈਮ ਮੇਰਾ ਖਿਆਲ ਜਿੰਨਾ ਮੇਰਾ ਗਰੁੱਪ ਸੀ ਉਹ ਸ਼ਰਾਰਤੀ ਸਭ ਤੋਂ ਲੀਡਰ ਮੈਂ ਹੀ ਹੁੰਦਾ ਸੀ ਹਾਂ ਅਤੇ ਉਹ ਬੰਦਾ ਫਿਰ ਕੀ ਕਹਿੰਦੇ ਹੁੰਦੇ ਆ ਵੀ ਉਮਰ ਦੇ ਏਜ ਦੇ ਹਿਸਾਬ ਨਾਲ ਲਾ ਲਓ ਜਾਂ ਕੰਮ ਕਰ ਦੇ ਹਿਸਾਬ ਨਾਲ ਲਾ ਲਓ ਬੰਦੇ ਨੂੰ ਚੇਂਜ ਹੋਣਾ ਪੈਂਦਾ ਔਰ ਚੇਂਜ ਹੋਣਾ ਚਾਹੀਦਾ ਵੀ ਠੀਕ ਹੈ ਜੀ ਮੈਚਿਓਰਿਟੀ ਹੋਣੀ ਜ਼ਰੂਰੀ ਹੈ ਹਾਂ ਹਾਂ ਅਤੇ ਮੈਂ ਦੱਸਦਾ ਕਿ ਦੁਆਬੇ ਦਾ ਬਹੁਤ ਵੱਡਾ ਔਰ ਮੇਨ ਕਾਲਜ ਆ ਇਹਦੇ ਵਿੱਚ ਦੁਆਬੇ ਏਰੀਏ ਦਾ ਜਿਹੜਾ ਕਹਿੰਦਾ ਕਹਾਉਂਦਾ ਮੁੰਡਾ ਆਪਣੇ ਆਪ ਨੂੰ ਸਮਝਦਾ ਨਾ ਵੀ ਮੈਂ ਹੈਗਾ ਆਪਣੇ ਪਿੰਡ 'ਚ ਜਾਂ ਆਪਣੇ ਏਰੀਏ 'ਚ ਉਹ ਖਾਲਸਾ ਕੋਲੋਂ ਜ਼ਰੂਰ ਐਡਮਿਸ਼ਨ ਲੈਂਦਾ ਅਤੇ ਇੱਥੇ ਕਹਿੰਦੇ ਕਹਾਉਂਦੇ ਬੰਦੇ ਪੜ੍ਹੇ ਆ ਉਦੋਂ 84 ਵਾਲੀ ਲਹਿਰ ਵੀ ਜਿਹੜੀ ਸੀ ਸਰਗਰਮ ਰਹੀ 88-89 ਤੱਕ ਅਤੇ ਉਦੋਂ ਤਕਰੀਬਨ ਹਰ ਤਰ੍ਹਾਂ ਦਾ ਬੰਦਾ ਇਸ ਕਾਲਜ ਆਉਂਦਾ ਸੀ ਓਕੇ ਅਸੀਂ ਉਹ ਟਾਈਮ ਹੰਢਾਇਆ ਹੋਇਆ ਉਹ ਟਾਈਮ ਦੇਖਿਆ ਹੋਇਆ ਜੀ ਆਪਣੇ ਉੱਪਰ ਤੁਹਾਡੇ ਕਿਹੜੇ ਸਾਲ ਸੀਗੇ ਇਸ ਕਾਲਜ ਦੇ ਵਿੱਚ ਮੈਂ ਇੱਥੋਂ ਜੀ ਕੀਤਾ 90 ਵਿੱਚ ਕੰਪਲੀਟ ਕੀਤਾ ਜੀ 90 ਦੇ ਵਿੱਚ ਹਾਂਜੀ ਹਾਂਜੀ ਇੱਥੋਂ ਕੰਪਲੀਟ ਕਰਕੇ ਔਰ 83 ਤੋਂ 83 ਤੋਂ 90 ਤੱਕ ਮੈਂ ਰਿਹਾ ਜੀ ਇੱਥੇ ਬਾਈ ਜੀ ਢੇਰ ਹੋਣਾ ਤੁਹਾਡੇ ਕੋਲ ਯਾਦਾਂ ਦਾ ਇੰਨਾ ਜ਼ਿਆਦਾ ਲੰਮਾ ਸਮਾਂ ਇਸ ਕਾਲਜ ਨਾਲ ਓਬਵੀਅਸ ਹੈ ਫਿਰ ਬੰਦਾ ਜੁੜ ਹੀ ਜਾਂਦਾ ਕਾਲਜ ਨਾਲ ਬਿਲਕੁਲ ਜਦੋਂ ਇੰਨੇ ਸਾਲ ਤੁਸੀਂ ਰਹੇ ਹੋ ਬੋਬੀ ਜੀ ਇਸ ਕਾਲਜ ਦੀ ਜੇ ਭੰਗੜੇ ਦੀ ਗੱਲ ਕਰਾਂ ਤਾਂ ਭੰਗੜੇ ਨੂੰ ਬਹੁਤ ਦੇਣ ਹੈ ਇਸ ਕਾਲਜ ਦੀ ਅਤੇ ਭੰਗੜੇ ਦੀ ਇਸ ਕਾਲਜ ਨੂੰ ਬੜੀ ਦੇਣ ਹੈ ਜੀ ਕਿਉਂਕਿ ਇੱਥੇ ਦਾ ਭੰਗੜਾ ਜਿਹੜਾ ਸੀ ਬਹੁਤ ਘੱਟ ਹਰਦਾ ਸੀ ਮੈਂ ਨਹੀਂ ਦੇਖਿਆ ਆਪਣੀ ਲਾਈਫ ਦੇ ਵਿੱਚ ਜਿੰਨਾ ਚਿਰ ਮੈਂ ਭੰਗੜਾ ਪਾਇਆ ਔਰ ਕਹਿੰਦੇ ਕਹਾਉਂਦੇ ਮੁੰਡੇ ਜਿਹੜੇ ਦੁਆਬੇ ਏਰੀਏ ਦੇ ਮਾਝੇ ਤੱਕ ਵੀ ਮਾਲਵੇ 'ਚੋਂ ਵੀ ਕੁਝ ਮੁੰਡੇ ਜਿਹੜੇ ਕਹਿੰਦੇ ਕਹਾਉਂਦੇ ਉਹ ਇਸ ਕਾਲਜ ਪੜ੍ਹਨਾ ਚਾਹੁੰਦੇ ਹੁੰਦੇ ਸੀ ਭੰਗੜਾ ਪਾਵਾਂਗੇ ਭੰਗੜਾ ਪਾਵਾਂਗੇ ਔਰ ਇਸ ਕਾਲਜ ਦਾ ਵੈਸੇ ਨਾਂ ਬੜਾ ਸੀਗਾ ਜੀ ਭੰਗੜਾ ਜੇ ਨਹੀਂ ਵੀ ਪਾਉਣਾ ਸੀ ਉੱਦਾਂ ਕਹਿੰਦਾ ਕਹਾਉਂਦਾ ਉਹ ਆਪਣੇ ਕਿਸੇ ਵੀ ਚੀਜ਼ ਦੇ ਵਿੱਚ ਸਪੋਰਟਸ ਆ ਜਾਂ ਉੱਦਾਂ ਵੈਲੀ ਟਾਈਪ ਦਾ ਬੰਦਾ ਆ ਹਰ ਬੰਦਾ ਜਿਹੜਾ ਆਪਣੇ ਆਪ ਨੂੰ ਘੈਂਟ ਸਮਝਦਾ ਸੀ ਉਹ ਇਸ ਕਾਲਜ ਆਉਣਾ ਚਾਹੁੰਦਾ ਸੀ ਅਤੇ ਕਿਉਂ ਦੁਆਬੇ ਦਾ ਬਹੁਤ ਵੱਡਾ ਮੇਨ ਕਾਲਜ ਹੈ ਅਤੇ ਹੁਣ ਕੀ ਸੀ ਅਤੇ ਹੁਣ ਇਹ ਕਾਲਜ ਬਹੁਤ ਵਧੀਆ ਜੀ ਇਸ ਟਾਈਮ ਵੀ ਸਟਰੈਂਥ ਜਿਹੜੀ ਮੇਰਾ ਖਿਆਲ 9000 ਤੋਂ ਉੱਪਰ ਆ ਜੀ ਇਸ ਟਾਈਮ ਬਹੁਤ ਤਰ੍ਹਾਂ ਦੇ ਕੋਰਸਿਸ ਨੇ ਪੜ੍ਹਾਈ ਚੰਗੀ ਆ ਸਪੋਰਟਸ ਦੇ ਵਿੱਚ ਇਹ ਬਹੁਤ ਅੱਗੇ ਹੈਗਾ ਜੀ ਅਤੇ ਭੰਗੜਾ ਵੀ ਸਟਾਈਲ ਇੱਥੇ ਦਾ ਬਹੁਤ ਵਧੀਆ ਅਤੇ ਜਿੱਥੇ ਅਸੀਂ ਰਿਹਰਸਲ ਕਰਦੇ ਰਹੇ ਹਾਂ ਅਤੇ ਤੁਹਾਨੂੰ ਬਾਬੂ ਜੀ ਮੈਂ ਦਿਖਾਉਂਦਾ ਓਪਨ ਏਅਰ ਥੀਏਟਰ ਹੈਗਾ ਜਿੱਥੇ ਅਸੀਂ 6 ਸਾਲ ਰਿਹਰਸਲ ਕੀਤੀ ਹੈ ਅਤੇ ਭੰਗੜਾ ਪਾਇਆ ਅਤੇ ਜਿਸ ਸਟੇਜ ਨੂੰ ਮੈਨੂੰ ਇੱਥੇ ਤੱਕ ਲੈ ਕੇ ਗਈ ਹੈ ਉਹ ਸਟੇਜ ਤੁਹਾਨੂੰ ਮੈਂ ਦਿਖਾਉਂਦਾ ਚਲੋ ਗੱਲਾਂ ਮਾਰਦੀ ਚੱਲਦੇ ਹਾਂਜੀ ਹਾਂਜੀ ਥੀਏਟਰ ਆ ਜੀ ਹਾਂਜੀ ਦਿਲੋਂ ਲੱਗੇ ਹੋਏ ਨੇ ਮੁੰਡੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਆ ਬਾਈ ਕੀ ਹਾਲ ਚਾਲ ਆ ਬਾਈ ਠੀਕ ਠਾਕ ਹੋ ਪ੍ਰੋਗਰਾਮ ਦਾ ਨਾਮ ਦੇਖੋ ਜੀ ਸਾਡਾ ਕੀ ਹਾਲ ਚਾਲ ਕੀ ਹਾਲ ਚਾਲ ਆ ਸ਼ੁਰੂਆਤ ਇੱਥੋਂ ਦੀ ਹੁੰਦੀ ਹੈ ਸਭ ਨਾਲ ਇਹੀ ਬੋਲਦਾ ਇਹੀ ਸਟੇਜ ਤੇ ਬਾਈ ਤੁਸੀਂ ਭੰਗੜਾ ਪਾਉਂਦੇ ਰਹੇ ਬਿਲਕੁਲ ਜੀ ਕਿੰਨੇ ਸਾਲ ਬਾਈ ਭੰਗੜਾ ਪਾਇਆ ਤੁਸੀਂ ਉਰੇ 6 ਸਾਲ ਜੀ 6 ਸਾਲ ਮਤਲਬ ਕਿਹੜੀ ਕਿਹੜੀ ਕਲਾਸਾਂ ਹੋ ਗਈਆਂ 3 ਬੀਏ ਦੀਆਂ ਤੋਂ ਲੈ ਕੇ ਐਮਏ ਤੱਕ ਐਮਏ ਫਾਈਨਲ ਤੱਕ ਪੋਸਟ ਗ੍ਰੈਜੂਏਸ਼ਨ ਵਿੱਚ ਆ ਹਾਂਜੀ ਹਾਂਜੀ ਕੀ ਬਾਤ ਹੈ ਜੀ ਔਰ ਕੋਈ ਐਕਸਪੀਰੀਅੰਸ ਉਸ ਸਮੇਂ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਭੰਗੜਾ ਭੰਗੜੇ 'ਚ ਹੋਣ ਕਰਕੇ ਕਹਿ ਲਓ ਵੀ ਜਾਣ ਪਹਿਚਾਣ ਬਾਕੀ ਸਟੂਡੈਂਟਸ ਦੇ ਨਾਲ ਬਾਕੀ ਕਾਲਜਾਂ ਵਾਲੇ ਹੋਰ ਮੁੰਡਿਆਂ ਦੇ ਨਾਲ ਬਣ ਗਈ ਔਰ ਮੇਰੇ ਸਿੰਗਿੰਗ ਦੇ ਵਿੱਚ ਭੰਗੜੇ ਨੇ ਬਹੁਤ ਕੁਝ ਦਿੱਤਾ ਜੀ ਮੈਨੂੰ ਪਰਫਾਰਮੈਂਸ ਲਈ ਪਰਫਾਰਮੈਂਸ ਦੇ ਵਿੱਚ ਅਖਾੜਾ ਲੱਗਦਾ ਜਦੋਂ ਹਾਂ ਹਾਂ ਅਤੇ ਭੰਗੜੇ ਦੀ ਨਾਲ ਜੇ ਮੈਂ ਕਹਾਂ ਖਾਲਸਾ ਕਾਲਜ ਦੀ ਇੱਕ ਮੇਰੀ ਲਾਈਫ ਦੇ ਵਿੱਚ ਬਹੁਤ ਵੱਡੀ ਦੇਣ ਆ ਜੀ ਮੈਨੂੰ
इस कॉलेज ने इस स्टेज ने मैंने बहुत कुछ दिता जिहड़ा कि मैं मरदे दम तक नहीं भुल सकदा। क्या बात है, मतलब बनाए ही थोड़ा इस स्टेज ने। बिल्कुल जी। कितने कितने तक लाए अपने इंटरवर्सिटी, नैशनल इंटरवर्सिटी में लगे? असं हाँ जी, बहुत सारे यूथ फैसटिवल तो होंगे ही होंगे हर एक साल, वो तो बिना होर कॉम्पीटिशन उदो बहुत होंगे जी। कि जो वक्रे वक्रे शहर किसी ने ना रखे होंगे ओपन पंजाब कॉम्पीटिशन, इंटरवर्सिटी के कॉम्पीटिशन, ऑल इंडिया इंटरवर्सिटी के कॉम्पीटिशन बहुत लगे जी। मेरे नाल हैगे सरबजीत चीमा जी। बाई जी, मेरी बड़ी देर तो एक ना इच्छा सी थोनू मैं कस्टम मेड गड्डी ओपनर हो खुली गड्डी आज जो सपना पूरा हो गया जिथे बाई ने ड्राइविंग सीखी सी और बाई ने बहुत चलाया पीटर रेड़ा और ये जो हालत की हुई है ये बाई ने की है, मार मार के ऐसा ऐसा तोड़िया तो बाद बाई जी बाहर चल गए ते ये बेचारा चलन जोगा ही नहीं रहा। क्यों भाई जी? बिल्कुल सही गल है, उदो दो तीन बार तुहाडे च ही मारिया ना। बिल्कुल बिल्कुल भाई जी, स्टीयरिंग एडजस्ट नहीं हुंदा पोतरी, इहदे तो थल्ले हुण सेट कर लो ना, इत्थे छड्ड दो। हां देखो इत्थे आ जा, हां पट्टा ना चल, ऑटो आ ना, स्टार्ट करोगे तो फिर आपे सेट हो जाएगा। इत्थे ये भी पिंडां दे विच हुंदे फीटर जिहड़े अपने, ये साडा सभ्याचार है जी, ये साडा सभ्याचार है। हां सच्ची गल है भाई, क्या बात है। अच्छा दसो मैनूं भाई थोड़ा जिहा, तुसीं दर्शकां नूं दस दिओ वी आपां कित्थे आए इस वेले। मैं दसदा कि साडा जिवें असीं खूह कहिंदे आ दुआबे दे विच, खूह मतलब जिथे साडा जमीन दा अड्डा, जिथे पशु वगैरह असीं सारे ट्यूबवैल, जिथे साडा अड्डा खड्डा उहनूं आपां कहिंदे खूह। ते इह साडा खूह आ जिथे जमीन आ, बचपन मेरा इत्थे गुजारिया सी, क्योंकि बचपन तो साडे फादर साहब असीं खेतीबाड़ी करदे सी, स्कूल तो आउणा ते बस्ता घर रखणा ते नाल ही खूह ते पट्ठे वढणे, आडा घड़निया, खाल घड़ने, मतलब नके मोड़ने, सब कुछ करना, मतलब जो खेतीबाड़ी का काम है जी। बचपन तो जो सुरत संभाली वो सारा अपने हाथी किया, और कॉलेज पढ़न तक भी मैं याद है भी जो भंगड़े की रिहर्सल कर मैं जाना, तो इतने जो सीरी सी साडा उस तो बाद कवैया सगा
ਉਹਦੇ ਨਾਲ ਧਾਰਾਂ ਚਵਾ ਕੇ ਪੱਠੇ ਕੁਤਰਾ ਕੇ ਸਾਰੇ ਦਿਨ ਦੇ ਜਮ੍ਹਾਂ ਕਰਵਾ ਕੇ ਫਿਰ ਮੈਂ 6:30-7 ਖਾਲਸਾ ਕਾਲਜ ਪਹੁੰਚ ਜਾਂਦਾ ਹੁੰਦਾ ਸੀ। ਅੱਛਾ ਬਾਈ, ਓਪਨ ਏਅਰ ਡਰਾਈਵਿੰਗ ਬਹੁਤ ਹੋ ਗਈ ਹੈ, ਹੁਣ ਥੋੜ੍ਹੇ ਥੱਲੇ ਉਤਰ ਗਏ ਆਪਾਂ। ਆਓ ਜੀ ਆਓ, ਥੋੜ੍ਹਾ ਜਿਹਾ ਵਾਕਿੰਗ ਸ਼ੋਪ ਚੰਗਾ ਲੱਗਿਆ ਵੈਸੇ, ਬਹੁਤ ਘੈਂਟ ਹੈ ਜੀ। ਮੈਂ ਇਹਨੂੰ ਟੌਪ 'ਚ ਪਾ ਕੇ ਦੇਖਿਆ ਕਿ ਨਹੀਂ, ਸਪੋਰਟ ਹੀ ਕਰਾ ਦਿਓ ਬਾਈ ਜੀ, ਤੇ ਹੁਣ ਤੱਕ ਟੌਪ 'ਚ ਜਾ ਰਹੇ ਸੀ ਆਪਾਂ। ਆ ਜਾਓ, 2 ਵਾਰੀ ਆਪਾਂ ਨੂੰ ਪਿੱਛੇ ਟ੍ਰੈਫਿਕ ਵਾਲਿਆਂ ਨੇ ਰੋਕਿਆ। ਆ ਜਾਓ ਜੀ। ਇੰਨਾ ਕੁ ਢੇਰ ਹੈ ਅਸੀਂ ਕੀਤਾ ਭਾਈ। ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਏ, ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਏ, ਮੱਕੀ ਮੋਠ ਬਾਜਰਾ ਗਵਾਰਾ ਯਾਦ ਆਉਂਦਾ ਏ, ਮੈਨੂੰ ਮੇਰੇ ਪਿੰਡ ਦਾ, ਮੈਨੂੰ ਚੀਮੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਏ, ਮੈਨੂੰ ਮੇਰਾ ਵਤਨ ਪਿਆਰਾ ਯਾਦ ਆਉਂਦਾ ਏ। ਦਿਲੋਂ ਗਾਇਆ ਪੂਰਾ, ਆਵਾਜ਼ ਤੋਂ ਲੱਗਦਾ ਬਹੁਤ ਬਿਲਕੁਲ ਲੱਗ ਰਿਹਾ ਦਿਲੋਂ। ਇਹ ਬੋਬੀ ਸਿੰਘ ਇੱਦਾਂ ਹੈਗਾ ਵੀ ਜਿਹੜਾ ਦਿਲ ਆ ਨਾ ਜੀ, ਇਨਸਾਨ ਕਿਤੇ ਵੀ ਚੱਲ ਜਾਏ ਦੁਨੀਆਂ 'ਚ, ਸਾਰੇ ਵਰਲਡ ਦੇ ਵਿੱਚ, ਜਿਹੜਾ ਦਿਲ ਹੁੰਦਾ, ਜੋ ਤੁਹਾਡੀਆਂ ਰੂਟਸ ਨੇ ਉੱਥੇ ਹੀ ਰਹਿੰਦਾ। ਸੁਪਨਾ ਤੁਹਾਨੂੰ ਆਊਗਾ ਜਿੱਥੇ ਤੁਸੀਂ ਪਲੇ ਆ ਨਾ, ਜਿੱਥੇ ਪੜ੍ਹੇ ਆ, ਜਿਸ ਗਧੇਲੇ ਪਰ ਸੁੱਤੇ ਆ ਉਸੇ ਵਿਸਤੇ ਦਾ ਤੁਹਾਨੂੰ ਸੁਪਨਾ ਆਏਗਾ। ਔਰ ਇਹ ਉਹ ਜਗ੍ਹਾ ਆ, ਤੁਸੀਂ ਕਹੋਗੇ ਮੈਨੂੰ ਹੁਣ ਤਾਂ ਹੀ ਇੱਥੇ ਲੈ ਕੇ ਆਇਆ ਜਿੱਥੇ ਮੈਂ ਪਲਿਆ, ਖੇਡਿਆ, ਆਪਣੇ ਰੂਟਸ ਦੇ ਨਾਲ ਜੁੜਿਆ ਰਿਹਾ, ਔਰ ਇੱਥੋਂ ਬਹੁਤ ਕੁਝ ਮੇਰੀ ਝੋਲੀ ਪਿਆ, ਪਰਮਾਤਮਾ ਨੇ ਬਹੁਤ ਕੁਝ ਮੈਨੂੰ ਦਿੱਤਾ। ਇਹ ਉਹ ਜਗ੍ਹਾ ਆ ਜਿਹਦੇ ਨਾਲ ਮੈਂ ਹਾਲੇ ਵੀ ਕੈਨੇਡਾ ਜਾਣ ਤੋਂ ਬਾਅਦ, ਸਿੰਗਿੰਗ ਦੇ ਵਿੱਚ ਸਾਰੀ ਦੁਨੀਆ ਘੁੰਮਣ ਤੋਂ ਬਾਅਦ ਮੈਂ ਇਸ ਜਗ੍ਹਾ ਨੂੰ ਨਹੀਂ ਭੁੱਲ ਸਕਦਾ, ਤਾਂ ਹੀ ਮੈਂ ਤੁਹਾਨੂੰ ਇੱਥੇ ਲੈ ਕੇ ਆਇਆ। ਨਹੀਂ ਤਾਂ ਆਪਾਂ ਜਲੰਧਰ ਵੀ ਸ਼ੂਟ ਕਰ ਸਕਦੇ। ਔਰ ਅਸੀਂ ਇਸ ਪਿੰਡ ਦੇ ਵਿੱਚ, ਮੈਂ ਆਪਣੇ NRA ਵੀਰਾਂ ਦੇ ਨਾਲ, ਪਿੰਡ ਵਾਲੀਆਂ ਪੰਚਾਇਤਾਂ ਦੇ ਨਾਲ ਰਲ ਕੇ ਅਸੀਂ ਮੇਲਾ ਚੀਮਿਆਂ ਦਾ ਵੀ ਕਰਵਾਉਂਦੇ। ਤੁਸੀਂ ਖੁਦ ਵੀ ਆਏ ਹੋ? ਆਇਆ ਹੋਇਆ ਜੀ, ਲਾਸਟ ਈਅਰ ਹੀ ਤੁਸੀਂ ਬੁਲਾਇਆ ਸੀ। ਹਾਂ, ਜਿਹਦੇ ਵਿੱਚ ਕੋਈ ਮੇਰਾ ਖਿਆਲ 20-25,000 ਦਾ ਇਕੱਠ ਹੁੰਦਾ। ਪਹਿਲਾਂ ਤਾਂ ਮੈਨੂੰ ਬੜੀ ਦੇਰ ਇਹੀ ਕਨਫਿਊਜ਼ਨ ਰਹੀ ਹੈ ਵੀ ਚੀਮਾ ਪਿੰਡ ਕਿੱਥੇ, ਕਿਉਂਕਿ ਆਪਣੇ ਪੰਜਾਬ 'ਚ ਬਹੁਤ ਚੀਮੇ ਪਿੰਡ ਨੇ ਇਸ ਨਾਂ ਦੇ। ਪਹਿਲਾਂ ਤਾਂ ਮੈਨੂੰ ਇਹ ਨਹੀਂ ਸੀ ਪਤਾ ਤੁਹਾਡਾ ਚੀਮਾ ਪਿੰਡ। ਚੀਮੇ ਮੈਂ ਦੱਸਦਾ ਕਿ ਆਪਣੇ ਸਾਰੇ ਦਰਸ਼ਕਾਂ ਨਾਲ ਵੀ ਗੱਲ ਸਾਂਝੀ ਕਰ ਲਾਂ ਕਿ ਚੀਮੇ ਜਿਹੜੇ ਨੇ, ਇਹ ਜਿਹੜਾ ਪੂਰਾ ਪੰਜਾਬ ਹੈ ਉਹਦੇ ਵਿੱਚ 22 ਚੀਮੇ ਆ ਜੀ। ਬਾਈ ਜਿਹੜਾ ਸਾਡਾ ਪਹਿਲਾ ਪੰਜਾਬ ਹੈ, ਹੁਣ ਪਾਕਿਸਤਾਨ ਵਿੱਚ ਵੀ ਆ, ਉੱਧਰ ਵੀ ਹੈਗੇ। ਹਾਂ, ਉਹਦੇ ਵਿੱਚੋਂ ਮੇਰਾ ਖਿਆਲ ਕਿ ਹੁਣ ਇਸ ਟਾਈਮ 16 ਚੀਮੇ ਸਾਡੇ ਇਸ ਪੰਜਾਬ ਦੇ ਵਿੱਚ, ਤਾਂ 6 ਚੀਮੇ ਪਾਕਿਸਤਾਨ ਦੇ ਵਿੱਚ ਉੱਧਰ ਲੰਘ ਗਏ। ਇਹ ਕਿਤੋਂ ਤੁਸੀਂ ਖੋਜ ਕੀਤੀ ਬਈ ਫਿਰ? ਇਹ ਮੈਂ ਪੜ੍ਹਿਆ ਜੀ, ਪੜ੍ਹਿਆ ਚੀਮਿਆਂ ਬਾਰੇ। ਹਾਂਜੀ, ਸਹੀ ਹੈ। ਹਾਂਜੀ, ਹਾਂਜੀ, ਠੀਕ ਹੈ ਬਾਈ। ਔਰ ਇਹ ਜਿੰਨੇ ਵੀ ਚੀਮੇ ਹੈਗੇ ਪਿੰਡ, ਉਹਨਾਂ ਦੇ ਵਿੱਚ ਇਹੀ ਵੀ ਚੀਮੇ ਆ ਤੇ ਚੱਠੇ, ਖਾਣ ਨੂੰ ਇਕੱਲੇ ਇਕੱਲੇ, ਲੜਨ ਨੂੰ ਇਕੱਠੇ। ਔਰ ਚੀਮਿਆਂ ਚੱਠਿਆਂ ਤੇ ਇੱਕ ਕਿਤਾਬ ਹੈਗੀ ਹੈ ਜੀ, ਇਹਨਾਂ ਦਾ ਬਹੁਤ ਗੂੜਾ ਨਾਤਾ ਹੋਇਆ। ਉਹਦੇ ਬਾਰੇ ਮੈਂ ਪੜ੍ਹਦਾ ਸੀ ਵੀ ਜਿਹੜਾ ਚੀਮਾ ਗੋਤ ਆ, ਕਿੱਥੋਂ ਪੈਦਾ ਹੋਇਆ, ਕੌਣ ਨੇ ਬੰਦੇ ਇਹ, ਕਿੱਥੋਂ, ਯਾਨੀ ਇਹ ਪਾਕਿਸਤਾਨ ਤੋਂ ਜਿਹੜੇ ਚੀਮੇ ਨੇ, ਇਹਦਾ ਪਿਛੋਕਰ ਸਾਰਿਆਂ ਦਾ ਜਿੱਦਾਂ ਕਹਿ ਲਓ ਪਾਕਿਸਤਾਨ ਤੋਂ ਸ਼ੁਰੂ ਹੋਇਆ। ਆਪਦੀਆਂ ਰੂਟਸ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਬਾਈ ਜੀ, ਹਰ ਕੋਈ ਕਾਰਡ ਕੱਢਦਾ ਵੀ ਅਸੀਂ ਕਿੱਥੋਂ ਆਏ। ਵਧੀਆ ਗੱਲ ਹੈ, ਤੁਸੀਂ ਜੁੜੇ ਹੋਏ ਹੋ ਪਿੰਡ ਦੇ ਨਾਲ। ਹੋਰ ਵੀ ਹੈ ਆਪਣੇ ਪਿੰਡ 'ਚ, ਆਪਾਂ ਅੱਗੇ ਜਾਣਾ ਕਿਤੇ? ਬਿਲਕੁਲ ਜਾਣਾ ਜੀ। ਕਿੱਥੇ ਜਾਣਾ ਜੀ? ਆਪਾਂ ਤੁਹਾਨੂੰ ਹੁਣ ਜਿਹੜਾ ਸਕੂਲ ਹੈ ਜਿੱਥੇ ਮੈਂ ਪ੍ਰਾਇਮਰੀ ਤੱਕ ਪੜ੍ਹਿਆ, ਜਿਹਨਾਂ ਟਾਟਾਂ ਦੇ ਬਹਿ ਕੇ ਪੜ੍ਹਿਆ, ਫੱਟੀਆਂ ਪੋਚਦੇ ਰਹੇ ਹਾਂ, ਫੱਟੀਆਂ ਪੋਚੀਆਂ, ਔਰ ਛੱਪੜ ਦੇ ਵਿੱਚ ਫੱਟੀਆਂ ਧੋਦੇ ਰਹੇ ਹਾਂ ਪ੍ਰੋਪਰ। ਹਾਂ, ਉਹ ਛੱਪੜ ਤੇ ਪੂਰਿਆ ਗਿਆ, ਛੱਪੜ ਪੂਰਿਆ ਗਿਆ, ਉਹਦੀ ਗਰਾਊਂਡ ਬਣ ਗਈ ਤੇ ਸਕੂਲ ਹੈਗਾ।
ਠੀਕ ਹੈ ਤੇ ਆਪਾਂ ਚੱਲਦੇ ਹਾਂ ਸਕੂਲ ਦੇ ਵਿੱਚ ਤੁਹਾਨੂੰ ਉੱਥੇ ਵੀ ਯਾਦਾਂ ਤਾਜ਼ੀਆਂ ਕਰਦੇ ਇਹ ਜਿਹੜੇ ਤੁਹਾਡੀਆਂ ਯਾਦਾਂ ਨੇ ਜੀ ਇਹ ਸਾਰੀਆਂ ਆਪਾਂ ਪੂਰੀਆਂ ਕਰਾਂਗੇ ਪਰ ਹੁਣ ਨਾ ਇਹ ਇੰਨਾ ਜ਼ਿਆਦਾ ਇੱਥੇ ਫਨ ਹੋ ਗਿਆ ਕਿ ਹੁਣ ਟਾਈਮ ਘੱਟ ਗਿਆ ਇੱਕ ਬ੍ਰੇਕ ਲੈ ਲਈਏ ਆ ਪੀਟਰੇ ਦੇ ਇਹਨਾਂ ਨੂੰ ਸੈਰ ਵੀ ਕਰਾਤੀ ਆ ਆਵੇਗੀ ਆ ਚੱਲਦੇ ਵੀ ਬ੍ਰੇਕ ਤੋਂ ਲਓ ਜੀ ਪ੍ਰੋਗਰਾਮ ਫੇਰ ਸ਼ੁਰੂ ਕਰਨ ਲੱਗੇ ਆ ਸਰਬਜੀਤ ਚੀਮੇ ਬਾਈ ਦਾ ਸਕੂਲ ਆ ਗਿਆ ਬਾਈ ਜੀ ਅੱਜ ਅੰਦਰ ਚੱਲ ਕੇ ਫਿਰ ਮੁਰਗੇ ਬਣੀਏ ਕੀ ਬਾਤ ਹੈ ਬੜਾ ਖੁੱਲ੍ਹਾ ਡੁੱਲਾ ਸਕੂਲ ਹੈ ਜੀ ਬਿਲਕੁਲ ਖੁੱਲ੍ਹਾ ਜੀ ਇਹ ਸਾਡੇ ਦੁਆਬੇ ਦੇ ਆਮ ਸਕੂਲਾਂ ਤੋਂ ਵੱਡਾ ਸਕੂਲ ਹੈ ਜੀ ਪਿੰਡਾਂ ਦੇ ਹਿਸਾਬ ਨਾਲ ਇੰਨੇ ਹੁੰਦੇ ਨਹੀਂ ਜਿੱਦਾਂ ਉਹ ਤੁਹਾਨੂੰ ਮੈਂ ਆਪਣੇ ਸਰ ਨਾਲ ਮਿਲਾਉਣਾ ਜਿਹਨਾਂ ਕੋਲੋਂ ਮੈਂ ਪੜ੍ਹਿਆ ਸੀਗਾ ਹੈਲੋ ਮਾਸਟਰ ਮਾਸਟਰ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਸਰਬਜੀਤ ਜੀ ਠੀਕ ਠਾਕ ਜੀ ਹਾਜੀ ਤੁਸੀਂ ਸੁਣਾਓ ਜੀ ਹੋਰ ਸੁਣਾਓ ਹੈ ਬਹੁਤ ਬਹੁਤ ਧੰਨਵਾਦ ਵੈਲਕਮ ਥੈਂਕ ਯੂ ਜੀ ਚਾਹੁੰਦਾ ਤੁਹਾਡਾ ਬਹੁਤ ਬਹੁਤ ਹੈ ਹੋਰ ਸੁਣਾਓ ਸਰ ਹੁਣੀ ਤੇ ਤਿਆਰ ਹੋ ਗਈ ਆਏ ਹੋਏ ਆ ਹਾਂਜੀ ਬਿਲਕੁਲ ਜੀ ਮੈਂ ਇਹਨਾਂ ਨੂੰ ਥੋੜਾ ਅੱਜ ਫਿਰ ਮਤਲਬ ਇਨਵੀਟੇਸ਼ਨ ਵੀ ਦਿੱਤਾ ਸੀ ਵੀ ਆਪਾਂ ਤੁਹਾਡੇ ਸਕੂਲ ਆ ਰਹੇ ਹਾਂ ਤੇ ਤੁਸੀਂ ਪਹੁੰਚੋ ਉੱਥੇ ਵੈਸੇ ਸਾਰੇ ਇਸੇ ਤਰ੍ਹਾਂ ਹੀ ਤਿਆਰ ਰਹਿੰਦੇ ਜੀ ਹਮੇਸ਼ਾ ਸਾਰੇ ਨਹੀਂ ਤਿਆਰ ਹੋਏ ਰੌਣਕੀ ਲੱਗਦੇ ਹਾਂਜੀ ਹੋਰ ਸਰਬਜੀਤ ਜੀ ਕੀ ਹਾਲ ਹੈ ਯਾਦ ਹੈ ਤੁਹਾਨੂੰ ਮੈਂ ਕਹਿੰਦਾ ਹੁੰਦਾ ਸੀ ਹੋਣ ਹਾਰ ਬਿਰਵਾਨ ਕੇ ਹੋਥੇ ਚਿਕਨੇ ਪਾਤ ਹਾਂਜੀ ਹਾਂਜੀ ਦੁਆਵਾਂ ਜੀ ਤੁਹਾਡੀ ਸਾਡੇ ਕੋਲ ਸਕੂਲ ਦੇ ਵਿੱਚ ਕਦੇ ਵੀ ਕੋਈ ਅਸੀਂ ਟਿਊਟੋਰੀਅਲ ਗਰੁੱਪ ਦੇ ਵਿੱਚ ਇਹਨਾਂ ਨੂੰ ਖੜੇ ਕਰਨਾ ਇਹਨਾਂ ਤੋਂ ਕੋਈ ਗੀਤ ਸੁਣਨਾ ਅਸੀਂ ਤੇ ਹਮੇਸ਼ਾ ਮੈਂ ਇਹੀ ਕਹਿਣਾ ਸਰਬਜੀਤ ਕਮਾਲ ਹੈ ਤੇਰੀ ਕਮਾਲ ਹੈ ਤੇ ਝਿੜਕੇ ਝੁੜਕੇ ਨਹੀਂ ਕਦੇ ਕੁੱਟ ਕੱਟ ਨਹੀਂ ਕੋਈ ਬਾਈ ਦੇ ਝਿੜਕੇ ਵੀ ਕਿਸੇ ਵੇਲੇ ਤਾਂ ਪਿਆਰ ਹੋ ਹੀ ਜਾਂਦਾ ਦੱਸੋਗੇ ਨਹੀਂ ਲੇਕਿਨ ਇਹ ਆ ਨਹੀਂ ਨਾ ਦੱਸਣ ਵਾਲੀ ਗੱਲ ਕੋਈ ਨਹੀਂ ਇਹਨੇ ਝਿੜਕੇ ਘੱਟ ਖਾਧੇ ਆ ਜੀ ਵੈਸੇ ਆਮ ਨਾਲੋਂ ਤੇ ਹਾਲਾਂਕਿ ਮੈਨੂੰ ਸਖਤ ਮਾਸਟਰ ਜ਼ਰੂਰ ਕਹਿੰਦੇ ਸੀ ਲੇਕਿਨ ਇਹ ਹੋਣਹਾਰ ਵਿਦਿਆਰਥੀ ਸੀ ਤੁਸੀਂ ਕੀ ਪੜ੍ਹਾਉਂਦੇ ਸੀ ਇਹਨਾਂ ਨੂੰ ਮੈਂ ਇਹਨਾਂ ਨੂੰ ਸਾਇੰਸ ਪੜ੍ਹਾਉਂਦਾ ਸੀ ਅੱਛਾ ਜੀ ਔਰ ਸਾਇੰਸ ਦੇ ਵਿੱਚ ਬਹੁਤ ਵਧੀਆ ਹੁੰਦੇ ਸੀ ਇਹਨਾਂ ਦੀ ਖਾਸ ਗੱਲ ਇੱਕ ਹੁੰਦੀ ਸੀ ਕਿ ਜਦੋਂ ਅਸੀਂ ਕਿਉਂਕਿ ਟੂਰਨਾਮੈਂਟ ਦੇ ਵਿੱਚ ਵੀ ਸਾਡੇ ਇਹ ਹਾਕੀ ਦੇ ਫਾਰਵਰਡ ਹੁੰਦੇ ਸੀ ਸੈਂਟਰ ਫਾਰਵਰਡ ਦੱਸਿਆ ਹੀ ਬਾਈ ਬਹੁਤ ਵਧੀਆ ਹਾਕੀ ਖੇਲਦੇ ਸੀ ਔਰ ਜਦੋਂ ਟੂਰਨਾਮੈਂਟ ਖਤਮ ਹੋਣੇ ਨਾ ਇਹਨਾਂ ਨੂੰ ਕਹਿਣਾ ਬਈ ਹੁਣ ਸਰਬਜੀਤ ਇੱਦਾਂ ਆ ਬਈ ਤੁਸੀਂ ਹੁਣ ਟੂਰਨਾਮੈਂਟ ਹੋਗਾ ਖਤਮ ਹੁਣ ਪੜ੍ਹਾਈ ਵੱਲ ਸ਼ੁਰੂ ਹੋ ਜਾਣਾ ਔਰ ਮਜ਼ੇ ਦੀ ਗੱਲ ਇਹ ਆ ਕਿ ਉਸੇ ਵੇਲੇ ਹੀ ਆਪਣੀ ਪੜ੍ਹਾਈ ਤੇ ਲਗਨ ਤੇ ਇੰਨੀ ਵਧੀਆ ਕਰਦੇ ਸੀ ਕਿ ਪੜ੍ਹਾਈ ਦੇ ਵਿੱਚ ਵੀ ਕਦੇ ਕੋਈ ਸ਼ਿਕਾਇਤ ਨਹੀਂ ਸੀ ਅੱਛਾ ਜੀ ਔਰ ਮੇਰਾ ਫੇਵਰੇਟ ਸਟੂਡੈਂਟ ਰਿਹਾ ਜੀ ਬੱਲੇ ਬੱਲੇ ਹੋ ਗਏ ਬਤਾਤੇ ਬਹੁਤ ਬਹੁਤ ਪਟਾਏ ਹੋਇਆ ਸਰ ਮੈਨੇ ਕਿਹਾ ਹੋਇਆ ਤਈਆਂ ਤਈਆਂ ਗੱਲਾਂ ਹੀ ਕਰਿਓ ਇਹ ਸਾਰੇ ਇੰਨੀ ਛੇਤੀ ਪਟਣ ਵਾਲੇ ਨਹੀਂ ਬਾਈ ਤੂੰ ਦੁੱਧੇ ਪਾਸੇ ਫਸ ਗਿਆ ਹੁਣ ਠੀਕ ਹੈ ਔਰ ਇਹਨਾਂ ਦੇ ਮੰਮੀ ਪਾਪਾ ਵੀ ਹਮੇਸ਼ਾ ਇਹਨਾਂ ਦੇ ਪਿੱਛੇ ਆਉਣਾ ਕਰਨਾ ਜਿੱਦਾਂ ਮੈਨੂੰ ਇਹਨਾਂ ਨੇ ਦੱਸਿਆ ਬਾਈ ਨੇ ਵੀ ਬਹੁਤ ਮਸਤੀ ਕਰਦੇ ਹੁੰਦੇ ਸੀ ਸ਼ਰਾਰਤਾਂ ਕਰਦੇ ਹੁੰਦੇ ਸੀ ਇਹ ਤਾਂ ਨਹੀਂ ਹੋ ਸਕਦਾ ਵੀ ਕੋਈ ਇਵੈਂਟ ਹੋਈ ਨਾ ਹੋਵੇ ਸਕੂਲ ਦੇ ਟਾਈਮ ਵਿੱਚ ਮਸਤੀ ਕਰਨਾ ਕੁਝ ਹੋਰ ਗੱਲ ਹੁੰਦੀ ਆ ਤੇ ਸ਼ਰਾਰਤ ਕਰਨਾ ਕੁਝ ਹੋਰ ਗੱਲ ਮਸਤੀ ਤਾਂ ਇੱਕ ਉਹ ਨਾ ਹੁੰਦੀ ਤਾਂ ਅਜੇ ਕਲਾਕਾਰ ਨਾ ਹੁੰਦੇ ਬਹੁਤ ਬਹੁਤ ਅੱਜ ਫਿਲਮ ਸਟਾਰ ਇੰਨੇ ਅੱਛੇ ਨਾ ਹੁੰਦੇ ਸਕੂਲਾਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਆਉਂਦੇ ਆ ਜੀ ਬਹੁਤ ਸਾਰੇ ਟੀਚਰ ਪ੍ਰੋਫੈਸਰਸ ਆਉਂਦੇ ਕਾਲਜਾਂ ਦੇ ਵਿੱਚ ਮਤਲਬ ਮੈਂ ਇਹ ਨਹੀਂ ਵੀ ਇਹਨਾਂ ਦੇ ਮੂੰਹ ਤੇ ਮੈਂ ਸਿਫਤ ਕਰਨ ਲੱਗਿਆ ਮਾਸਟਰ ਵਾਸਦੇਵ ਤੁਸੀਂ ਨੋਰਮਲ ਏਰੀਆ ਦੇ ਵਿੱਚੋਂ ਕਿੱਥੋਂ ਤੋਂ ਪਤਾ ਕਰ ਲਓ ਜੀ ਅੱਛਾ ਜੀ ਮਤਲਬ ਜੋ ਇਹਨਾਂ ਦਾ ਯੋਗਦਾਨ ਹੈ ਇਸ ਸਕੂਲ ਨੂੰ ਸਾਡੇ 25-30 ਸਾਲ ਤੋਂ ਇਹਨਾਂ ਨੇ ਪੜ੍ਹਾਇਆ ਹੁਣ ਰਿਟਾਇਰ ਹੋਏ ਨੇ ਇਸ ਟਾਈਮ ਇਹ ਮਤਲਬ ਇਹਨਾਂ ਨੂੰ ਪਿੰਡ ਦਾ ਇਕੱਲਾ ਇਕੱਲਾ ਦੋਨਾਂ ਤਿੰਨਾਂ ਜਿੰਨੇ ਪਿੰਡ ਸਾਡੇ ਨੇੜੇ ਲੱਗਦੇ ਨੇ ਨੂਰ ਮਹਿਲ ਜਿਹੜਾ ਏਰੀਆ ਹਰ ਇੱਕ ਬੰਦਾ ਇਹਨਾਂ ਦੀ ਰਿਸਪੈਕਟ ਕਰਦਾ ਕਿਉਂਕਿ ਇਹਨਾਂ ਦਾ ਬੱਚਿਆਂ ਪ੍ਰਤੀ ਆਪਣੇ ਕੰਮ ਪ੍ਰਤੀ ਸਕੂਲ ਪ੍ਰਤੀ ਦੋਨਾਂ ਨਗਰਾਂ ਪ੍ਰਤੀ ਮਤਲਬ ਬਹੁਤ ਵੱਡਾ ਯੋਗਦਾਨ ਇਹਨਾਂ ਨੇ ਬਹੁਤ ਕੁਛ ਕੀਤਾ ਉਹ ਵੀ ਕਹਿੰਦੇ ਨੇ ਨਾ ਕਿ ਪ੍ਰਾਇਮਰੀ ਦੇ ਸਕੂਲ ਵਾਲਾ ਵੇਲੀ ਚੇਤੇ ਆਊਗਾ ਤੇ ਅਜੋ ਆਪਾਂ ਉਸ ਵੇਲੇ ਦੇ ਜਿਹੜੀ ਉਸ ਉਮਰ ਦੀਆਂ ਖੇਡਾਂ ਹੁੰਦੀਆਂ ਉਹਦੇ ਰੰਗ ਜਿਹੜੇ ਸਾਨੂੰ ਆਪਾਂ ਉਹ ਵੀ ਦਿਖਾਉਣੇ ਇਹੋ ਜਿਹਾ ਕਿਹੜਾ ਸੱਪ ਕੱਢਣਾ ਬਾਈ ਹੁਣ ਸੱਪ ਵੀ ਕੱਢਾਂਗੇ ਕੁੰਡਲੀਆ ਖੁੱਦੀ ਤਿਆਰ ਹੋ ਗਈ ਖੇਡੀਏ ਬੰਟੇ ਵੀ ਕੁੱਤੀ ਪੱਟੇਗੀ ਸਾਫ਼ ਸਫਾਈ ਆਪਦੀ ਆ ਭਾਈ ਆ ਜਾਓ ਫਿਰ ਠੀਕ ਹੈ ਬਾਈ ਯਾਰ ਤੇਰੇ ਕੋਲ ਮੇਰੇ ਨਾਲ ਵੱਧ ਬੰਟੇ ਆਏ ਤੂੰ ਲੈ ਲਾ ਯਾਰ ਥੋੜ੍ਹੇ ਨਾ ਥੋੜ੍ਹੇ ਦੇ ਦੇ ਯਾਰ ਬਾਈ ਉਹ ਧੱਕਾ ਥੋੜ੍ਹੀ ਕਰਨਾ ਆ ਆ ਜਾਓ ਬਾਈ ਬੰਟੇ ਖੇਡੀਏ ਵੱਡੀ ਆ ਬਈ ਆਹ ਲਾ ਦੇ ਮੇਰਾ ਵੀਰ ਇਹ ਆ
ਯਾ ਕੋਈ ਸੌਖਾ ਹੈ ਲਵਾ ਲਓ ਯਾਰ ਮੈਂ ਬਾਹਰਲੇ ਪਿੰਡ ਆਇਆ ਯਾਰ ਆ ਲਾ ਦੇ ਚੱਲ ਧੱਕਾ ਕਰੀਏ ਲੈ ਬਈ ਆ ਤਾਂ ਹੁਣ ਲਾ ਉਹ ਲਾ ਦਣਾ ਮੈਂ ਉੱਥੇ ਦੇ ਉੱਥੇ ਲਾ ਲੈ ਵੀ ਮੇਰਾ ਵੀਰ ਲੱਗ ਜੀ ਯਾਰ ਆਕੇ ਨੂੰ ਮਾਰਦਾ ਬਾਂਟੇ ਨੂੰ ਮਾਰਦਾ ਤੇ ਕੁੱਤੀ ਨੂੰ ਆ ਬਾਈ ਨਹੀਂ ਨਹੀਂ ਖੜ ਜਾਓ ਬਾਈ ਖੜ ਜਾਓ ਬਾਬਿਆਂ ਦਾ ਛੜਕ ਬਾਈ ਹੁਣ ਇੱਕਣੀ ਪੈਣਾ ਤੇਰਾ ਬਾਈ ਉਹ ਧੱਕਾ ਓਏ ਧੱਕਾ ਓ ਧੱਕਾ ਰੋਂਡੀ ਪਟਦਾ ਚੀਮਾ ਬਾਈ ਹੁਣ ਲੱਗਿਆ ਮੈਨੂੰ ਪਤਾ ਹੁਣ ਲੱਗਿਆ ਪੀਪੇ ਕਿਵੇਂ ਭਰਿਆ ਬਾਂਟਿਆਂ ਦੇ ਇੱਕ ਮੀਟਰ ਦੂਰ ਦੀ ਬਾਈ ਇੱਧਰ ਤੇ ਪੈਣੀ ਨੀ ਐਸੇ ਕੀ ਪੰਜ ਪੈਣਗੇ ਚਲੋ ਪਾਓ ਦੇ ਕੁੱਤੀ ਛੋਟੀ ਪੈਣੀ ਐ ਇੱਕ ਵਾਰੀ ਆ ਜਾਓ ਦੇ ਆ ਗਏ ਲੈ ਓਏ ਹੋਏ ਯਾਰ ਥੋੜੇ ਬੰਟੀ ਖਰਾਬ ਹੈ ਯਾਰ ਆਲੂ ਆਰ ਗਏ ਬੰਟੇ ਇਹਨਾਂ ਦੇ ਮੈਂ ਨਹੀਂ ਖੇਡਦਾ ਯਾਰ ਤੁਸੀਂ ਬ੍ਰੇਕ ਲੈ ਲਓ ਬਈ ਆਪਾਂ ਨਹੀਂ ਖੇਡਦੇ ਮੈਂ ਵੀ ਯਾਰ ਮੈਂ ਬਾਹਰਲੇ ਪਿੰਡੋਂ ਆਇਆ ਮੇਰਾ ਕੋਈ ਲਿਹਾਜ਼ ਹੀ ਨਹੀਂ ਮਾੜਾ ਮੈਂ ਨਹੀਂ ਦੱਸਦਾ ਦੋਸਤੋ ਇੱਕ ਵਾਰੀ ਫਿਰ ਆਪ ਸਾਰਿਆਂ ਦਾ ਬ੍ਰੇਕ ਤੋਂ ਬਾਅਦ ਸਵਾਗਤ ਹੈ ਤੇ ਮੈਂ ਬੋਬੀ ਸੰਧੂ ਨਹੀਂ ਹਾਂ ਮੈਂ ਹਾਂ ਸਰਬਜੀਤ ਚੀਮਾ ਤੇ ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ ਜੀ ਤੇ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਨ ਜਾ ਰਹੇ ਹਾਂ ਤੇ ਮੇਰੇ ਨਾਲ ਮੇਰਾ ਸਾਥ ਦੇਣਗੇ ਮੇਰੇ ਬਹੁਤ ਹੀ ਪਿਆਰੇ ਵੀਰ ਬੋਬੀ ਸੰਧੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਜੀ ਕੀ ਬਾਤ ਹੈ ਮਿਹਰਬਾਨੀ ਤੁਸੀਂ ਬੋਬੀ ਸੰਧੂ ਹੋ ਵੀ ਨਹੀਂ ਸਕਦੇ ਬਿਲਕੁਲ ਤੁਸੀਂ ਸਿੰਗਰ ਹੋ ਮੈਂ ਐਂਕਰ ਹਾਂ ਹੈਨਾ ਬਿਲਕੁਲ ਇਹਨਾਂ ਮੇਰੇ 'ਚ ਸੁਰਤਾਲ ਹੈ ਵੀ ਨਹੀਂ ਨਹੀਂ ਜੀ ਮਹਾਰਾਜ ਭਾਈ ਜੀ ਬਹੁਤ ਵਧੀਆ ਤੁਸੀਂ ਕਲਾਕਾਰੀ ਅਦਾਕਾਰੀ ਸੰਧੂ ਸਾਹਿਬ ਸੁਰਤਾਲ ਤੋਂ ਬਿਨਾਂ ਨਹੀਂ ਹੁੰਦੇ ਤੁਹਾਡੇ 'ਚ ਜਿਹੜੀ ਸੁਰ ਹੈ ਉਹ ਸਾਡੇ ਸਿਰ ਬੜਾ ਮਾਨ ਰੱਖਿਆ ਸਰਬਜੀਤ ਚੀਮਾ ਬਾਈ ਜੀ ਨੇ ਸੱਚੀ ਗੱਲ ਇਹ ਸੱਚੀ ਗੱਲ ਸਹੀ ਹੈ ਬਾਈ ਬਹੁਤ ਵਧੀਆ ਬਾਈ ਜੀ ਆਪਾਂ ਗੱਲਾਂ ਬਹੁਤ ਮਾਰ ਲਈਆਂ ਨੇ ਅਤੇ ਜਿੰਨਾ ਕਿ ਮੈਨੂੰ ਪਤਾ ਹੈ ਵੀ ਤੁਸੀਂ ਬਿਕੋਜ਼ ਕੈਨੇਡਾ ਦੀ ਤੁਹਾਡੀ ਲਾਈਫ ਬਹੁਤ ਵੱਡੀ ਲਾਈਫ ਹੈ ਕਿਉਂਕਿ ਤੁਹਾਨੂੰ ਕਿੰਨੇ ਸਾਲ ਹੋ ਗਏ ਨੇ ਕੈਨੇਡਾ ਗਏ ਹੋਏ ਮਤਲਬ ਸਾਨੂੰ 22 ਸਾਲ ਹੋ ਗਏ 22 ਸਾਲ ਹੋ ਚੁੱਕੇ ਆ ਹੈ ਨਾ ਇੱਧਰਲੀ ਰੂਟੀਨ ਤਾਂ ਆਪਾਂ ਨੇ ਦੇਖ ਲਈ ਤੁਹਾਡੀ ਕਿ ਵੀ ਠੀਕ ਹੈ ਇੱਦਾਂ ਦੀ ਚਲੋ ਵਿਹਲੇ ਹੋ ਜਾਂ ਤਾਂ ਤੁਸੀਂ ਤੁਰ ਫਿਰ ਲੈਂਦੇ ਹੋ ਪਰ ਤੁਹਾਡੀ ਕੈਨੇਡਾ ਵਾਲੀ ਲਾਈਫ ਬਾਰੇ ਮੈਨੂੰ ਕੁਛ ਨਹੀਂ ਪਤਾ ਔਰ ਆਈ ਡੋਂਟ ਥਿੰਕ ਜਿਹੜੇ ਦਰਸ਼ਕ ਬੈਠੇ ਉਹਨਾਂ ਨੂੰ ਵੀ ਕੁਛ ਨਹੀਂ ਪਤਾ ਹੋਣਾ ਵੀ ਤੁਹਾਡੀ ਉੱਧਰਲੀ ਲਾਈਫ ਕਿੱਦਾਂ ਦੀ ਲਾਈਫ ਹੈ ਕੈਨੇਡਾ ਦੇਖੋ ਮੈਂ ਜੇ ਮੈਂ ਆਪਣੀ ਗੱਲ ਕਰਾਂ ਉਹਦੇ ਵਿੱਚ ਹੀ ਸਾਰਾ ਕੁਛ ਆ ਜਾਣਾ ਕਿਉਂਕਿ ਮੈਂ ਲੋਕਾਂ 'ਚ ਹੀ ਆਉਣਾ ਲੋਕ ਵੀ ਸਾਡੇ ਆਪਣੇ ਨੇ ਕਿ ਜਦੋਂ ਮੈਂ ਸੀ 89 ਦੇ ਵਿੱਚ ਸਾਰਾ ਪਰਿਵਾਰ ਅਸੀਂ ਬੋਬੀ ਜੀ ਗਏ ਕੈਨੇਡਾ ਅਤੇ ਮੈਂ ਖੁਦ ਹੀ ਜਾ ਕੇ ਲੇਬਰ ਈਵਨ ਸਿੰਗਰ ਬਣਨ ਤੋਂ ਪਹਿਲਾਂ ਸਿੰਗਰ ਬਣਨ ਤੋਂ ਪਹਿਲਾਂ ਔਰ ਸਿੰਗਰ ਬਣ ਕੇ ਵੀ ਮੇਰੀਆਂ ਦੋ ਸੀਡੀਜ਼ ਮਾਰਕੀਟ ਦੇ ਵਿੱਚ ਆਈਆਂ ਅਤੇ ਉਸ ਤੋਂ ਬਾਅਦ ਹੀ ਮੈਂ ਕੰਮ ਕਰਦਾ ਰਿਹਾ ਜੀ ਅਤੇ ਉਸ ਤੋਂ ਬਾਅਦ ਰੰਗਲਾ ਪੰਜਾਬ ਵੇਲੇ ਤੋਂ ਬਾਅਦ ਫਿਰ ਅਸੀਂ ਪ੍ਰੋਪਰ ਤਰੀਕੇ ਨਾਲ ਮੈਂ ਸ਼ਿਫਟ ਕੀਤਾ ਪੰਜਾਬ ਦੇ ਵਿੱਚ ਅਤੇ ਮੈਂ ਆਪਣੀ ਗੱਲ ਲੈ ਕੇ ਚੱਲਾਂ ਅਤੇ ਮੈਂ 89 ਤੋਂ ਲੈ ਕੇ 95 ਤੱਕ ਮੈਂ ਲੇਬਰ ਕੀਤੀ ਹੈ ਜੀ ਜਿਹਦੇ ਵਿੱਚ ਬਹੁਤ ਸਾਰੇ ਕੰਮ ਲੇਬਰ ਦੇ ਵਿੱਚ ਮੈਂ ਕੀਤੇ ਨੇ ਪੇਂਟਿੰਗ ਦਾ ਕੰਮ ਮੈਂ ਕੀਤਾ ਇਲੈਕਟ੍ਰੀਸ਼ੀਅਨ ਦਾ ਕੰਮ ਮੈਂ ਕੀਤਾ ਜੀ ਟੱਬਾਂ ਦੀ ਫੈਕਟਰੀ ਦੇ ਵਿੱਚ ਜਕੂਜ਼ੀ ਵਗੈਰਾ ਬਣਾਉਣ ਦਾ ਕੰਮ ਮੈਂ ਕੀਤਾ ਹੋਰ ਵੀ ਦੋ ਤਿੰਨ ਤਰ੍ਹਾਂ ਦੇ ਕੰਮ ਕੀਤੇ ਨੇ ਮਤਲਬ ਵੀ ਉਹ ਜਿਹੜੀ ਦੁਨੀਆ ਉਸ ਦੇਸ਼ ਦੀ ਜਿਹੜੀ ਦੁਨੀਆ ਉੱਥੇ ਸਭ ਨੂੰ ਕੰਮ ਕਰਨਾ ਪੈਂਦਾ ਤੁਸੀਂ ਵੈਸੇ ਗੱਲ ਹੈ ਵੀ ਬਹੁਤ ਸੱਚੀਆਂ ਗੱਲਾਂ ਦੱਸੀਆਂ ਨੇ ਜਿੱਦਾਂ ਮੈਨੂੰ ਮਤਲਬ ਅਦਰਵਾਈਜ਼ ਬੰਦੇ ਲੁਕੋ ਜਾਂਦੇ ਨੇ ਜਿੱਦਾਂ ਤੁਸੀਂ ਦੱਸਿਆ ਵੀ ਮੈਂ ਭਾਈ ਬਹੁਤ ਲੇਬਰ ਵਾਲੇ ਕੰਮ ਕੀਤੇ ਆ ਇਹ ਗੱਲਾਂ ਤਾਂ ਖੈਰ ਮੈਨੂੰ ਵੀ ਨਹੀਂ ਸੀ ਪਤਾ ਵੀ ਤੁਸੀਂ ਇਸ ਸਟੇਜ ਵਿੱਚੋਂ ਵੀ ਲੰਘੇ ਹੋਏ ਹੋ ਪਰ ਅੱਛਾ ਤੁਸੀਂ ਕਹਿ ਰਹੇ ਹੋ ਤੁਸੀਂ ਵਿਦ ਫੈਮਿਲੀ ਗਏ ਹੋ ਹਾਂਜੀ ਅਤੇ ਉੱਥੇ ਪਰਿਵਾਰ ਵਿੱਚ ਕੌਣ ਕੌਣ ਹੈਗਾ ਤੁਹਾਡੇ ਨਾਲ ਹੁਣ ਕੌਣ ਸਾਡਾ ਜੀ ਪੂਰਾ ਪਰਿਵਾਰ ਇਸ ਟਾਈਮ ਉੱਥੇ ਰਹਿੰਦਾ ਸਰੀ ਦੇ ਵਿੱਚ ਜਿਹਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਮੇਰੇ ਮਾਤਾ ਜੀ ਹੈ ਜੀ ਔਰ ਮੇਰੇ ਵੱਡੇ ਭਾਈ ਸਾਹਿਬ ਉੱਥੇ ਤੋਂ ਥੋੜ੍ਹਾ ਜਿਹਾ ਅੱਗੇ ਸਿਆਟਲ ਅਮਰੀਕਾ ਦਾ ਸ਼ਹਿਰ ਪੈਂਦਾ ਉੱਥੇ ਰਹਿੰਦੇ ਆਪਣੀ ਫੈਮਿਲੀ ਨਾਲ ਅਤੇ ਮੇਰੀ ਵਾਈਫ ਹੈ ਕਮਲਜੀਤ ਕੌਰ ਦੋ ਮੇਰੇ ਬੇਟੇ ਨੇ ਜੀ ਗੁਰਵਰ ਪ੍ਰਤੀਕ ਸਿੰਘ ਚੀਮਾ ਐਂਡ ਸੁਖਮਨ ਪ੍ਰਤੀਕ ਸਿੰਘ ਚੀਮਾ ਅਤੇ ਸਿਸਟਰ ਸਾਡੇ ਵੱਡੇ ਨੇ ਮੈਰਿਡ ਨੇ ਉਹ ਆਪਣੇ ਘਰ ਸਾਡੇ ਨੇੜੇ ਸਰੀ ਦੇ ਵਿੱਚ ਰਹਿੰਦੇ ਆ ਵਿਦ ਫੈਮਿਲੀ ਬਾਈ ਜੀ ਕਿੰਨੀ ਦੇਰ ਬਾਅਦ ਗੇੜਾ ਲੱਗਦਾ ਉਹਦੇ ਤੁਹਾਡਾ ਮੈਂ ਤੇ ਤੁਹਾਨੂੰ ਪਤਾ ਹੀ ਹੈ ਜੀ ਮੇਰਾ ਖਿਆਲ ਸਾਲ ਦੇ ਵਿੱਚ ਮੇਰੇ 5-6 ਮਹੀਨੇ ਇੱਥੇ ਹੁੰਦੇ ਆ ਵਿਦ ਪਰਿਵਾਰ ਦੇ ਨਾਲ ਹਾਂ ਵਿਦ ਫੈਮਿਲੀ ਮੇਰੇ ਵਾਈਫ ਤਕਰੀਬਨ ਸਾਲ 'ਚ ਹਰ ਵਾਰ ਆਉਂਦੇ ਆ ਜੀ ਔਰ ਪੇਰੈਂਟਸ ਮੇਰੇ ਫਾਦਰ ਸਾਹਿਬ ਅਤੇ ਮੰਮੀ ਉਹ ਵੀ ਹਰ ਸਾਲ 2-3 ਮਹੀਨੇ ਸਿਆਲ ਨੂੰ ਮੇਰੇ ਕੋਲ ਇੱਥੇ ਰਹਿ ਕੇ ਜਾਂਦੇ ਆ ਤੁਸੀਂ ਕਹਿ ਲਓ ਵੀ ਬੱਚਿਆਂ ਦਾ 1 ਸਾਲ ਛੱਡ ਕੇ ਚੱਕਰ ਅਸੀਂ ਲਾਉਂਦੇ ਹਾਂ ਜੀ ਅਤੇ ਵਾਈਫ ਅਤੇ ਪੇਰੈਂਟਸ ਉਹ ਸਾਲ 'ਚ ਹਰ ਵਾਰ ਆ ਜਾਂਦੇ ਠੀਕ ਹੈ ਜੀ ਇੱਕ ਵੱਡਾ ਹਰ ਵਾਰ ਆ ਜਾਂਦੇ ਠੀਕ ਹੈ ਇੱਕ ਇੱਧਰ ਉੱਧਰ ਠੀਕ ਹੈ ਲਓ ਜੀ ਗੱਲਾਂ ਪਰਿਵਾਰਕ ਵਧੀਆ ਹੋ ਗਈਆਂ ਥੋੜ੍ਹਾ ਜਿਹਾ ਤੁਹਾਡੀ ਜਿਹੜੀ ਕੈਨੇਡਾ ਦੇ ਵਿੱਚ ਲਾਈਫ ਉਹਦੇ ਵਿੱਚ ਝਾਤ ਜੀ ਮਾਰ ਰਹੀ ਅਸੀਂ ਅਤੇ ਆ ਜਾਓ ਹੁਣ ਆਪਾਂ ਲੈਪਟਾਪ 'ਤੇ ਝਾਤ ਮਾਰਦੇ ਹਾਂ ਹੈ ਤੁਹਾਨੂੰ ਥੋੜ੍ਹਾ ਜਿਹਾ ਦਿਖਾਉਣਾ ਤੁਸੀਂ ਪਤਾ ਨਹੀਂ ਪ੍ਰੋਗਰਾਮ ਦੇਖਿਆ ਹੋਣਾ ਕਿ ਨਹੀਂ ਵੈਸੇ ਹੁਣ ਤੱਕ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਅਸੀਂ ਕੀ ਕਰਦੇ ਹਾਂ ਇਹਦੇ ਵਿੱਚ ਇਹ ਇੱਕ ਥੋੜ੍ਹਾ ਜਿਹਾ ਤੁਹਾਡੇ ਜਿਹੜਾ ਸੱਪ ਕੱਢਣ ਲੱਗੇ ਕੁੰਡਲੀ ਵਾਲਾ ਕੁੰਡਲੀ ਆ ਲਓ ਜੀ ਦੇਖੋ ਜੀ ਤੁਸੀਂ ਮੈਂ ਕੀ ਬੋਲਣਾ ਹੁੰਦਾ ਸੀ ਦੇਖ ਹੀ ਲਓ ਰੰਗਲਾ ਪੰਜਾਬ ਸਾਡਾ ਰੰਗਲਾ ਪੰਜਾਬ ਰੰਗਲੇ ਸਰਬਜੀਤ ਚੀਮਾ
ਪਿੰਡ ਦੀ ਕੁੜੀ ਸਾਰੇ ਮੈਂ ਫਿਰ ਤੇਰੀ ਫਿਲਮ ਵੀ ਦੇਖੀ ਭਾਈ ਬਹੁਤ ਵਧੀਆ ਲੱਗਾ ਸੱਭਿਆਚਾਰ ਦੇ ਗੀਤ ਗਾਉਂਦਾ ਹੈ ਬੜਾ ਵਧੀਆ ਲੱਗਦਾ ਹੈ ਭੁਪਿੰਦਰ ਸਿੰਘ ਵੱਲੋਂ ਤੈਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰਬਜੀਤ ਚੀਮਾ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਜਿਸ ਤਰ੍ਹਾਂ ਪ੍ਰੋਗਰਾਮ ਦਾ ਨਾਂ ਕੀ ਹਾਲ ਚਾਲ ਹੈ ਉਸ ਤਰ੍ਹਾਂ ਹੀ ਅਸੀਂ ਤੁਹਾਨੂੰ ਪਹਿਲੇ ਪ੍ਰਮੋਟ ਕਰਦੇ ਹਾਂ ਕੀ ਹਾਲ ਚਾਲ ਹੈ ਬਾਕੀ ਅਸੀਂ ਸਾਡਾ ਸਾਰੀ ਫੈਮਿਲੀ ਤੁਹਾਡੇ ਗਾਣੇ ਬੜੇ ਖੁਸ਼ ਹੋ ਕੇ ਸੁਣਦੇ ਆ ਤੁਹਾਡੇ ਗਾਣਿਆਂ ਵਿੱਚ ਇੱਕ ਵੱਖਰੀ ਨਜ਼ਾਕਤ ਹੈ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਦੇਵੇ ਤੇ ਤੁਹਾਡੇ ਗਾਣੇ ਸਾਰੇ ਤੁਸੀਂ ਸਭ ਨੂੰ ਇਸ ਤਰ੍ਹਾਂ ਸੁਣਾਉਂਦੇ ਰਹੋ ਚੀਮਾ ਸਰ ਜੀ ਦੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਉਹਨਾਂ ਦੀ ਮੂਵੀਜ਼ ਵੀ ਕਾਫੀ ਅੱਛੀਆਂ ਨੇ ਔਰ ਉਹਨਾਂ ਦੇ ਜਿਹੜੇ ਗਾਣੇ ਨੇ ਉਹ ਵੀ ਕਾਫੀ ਅੱਛੇ ਐਲਬਮਸ ਕਰਦੇ ਨੇ ਅਸੀਂ ਚਾਹੁੰਦੇ ਹਾਂ ਕਿ ਉਹ ਟਾਈਮ ਟੂ ਟਾਈਮ ਇੱਦਾਂ ਦੀਆਂ ਫਿਲਮਾਂ ਬਣਾਉਂਦੇ ਰਹਿਣ ਔਰ ਆਪਣੀ ਐਲਬਮਸ ਵੀ ਕਰਦੇ ਰਹਿਣ ਤਾਂ ਜੋ ਅਸੀਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਖ ਸਕੀਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਮਨਜੀਤ ਹੈ ਮੈਂ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬੋਲ ਰਿਹਾ ਮੈਂ ਤੁਹਾਡਾ ਬਹੁਤ ਵਧੀਆ ਵੱਡਾ ਫੈਨ ਹੈ ਔਰ ਤੁਹਾਡੇ ਸੌਂਗਸ ਬਹੁਤ ਸੁਣਦਾ ਮੈਨੂੰ ਤੁਹਾਡੇ ਸੌਂਗਸ ਬਹੁਤ ਅੱਛੇ ਲੱਗਦੇ ਨੇ ਤੁਹਾਡੀ ਨਵੀਂ ਐਲਬਮ ਕਦੋਂ ਆ ਰਹੀ ਹੈ ਨਵੀਂ ਐਲਬਮ ਦੇ ਇੰਤਜ਼ਾਰ 'ਚ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਿਸ਼ ਚੜ੍ਹਦੀ ਅਗਲਾ ਬਖਸ਼ ਸਤਿ ਸ਼੍ਰੀ ਅਕਾਲ ਚੀਮਾ ਭਾਅ ਜੀ ਮੇਰੀ ਟੀਮਾ ਕਪੂਰ ਅੰਮ੍ਰਿਤਸਰ ਤੋਂ ਤੁਹਾਡੇ ਗਾਣੇ ਮੈਨੂੰ ਬਹੁਤ ਹੀ ਪਸੰਦ ਹੈ ਛੋਟੇ ਹੁੰਦੇ ਤੋਂ ਤੁਹਾਡੇ ਗਾਣੇ 'ਤੇ ਡਾਂਸ ਕਰਦੀ ਆਈਏ ਰੰਗਲਾ ਪੰਜਾਬ ਰਾਰਾ ਰੀਰੀ ਰਾਰਾ ਚਾਹੁੰਦੀ ਹਾਂ ਕਿ ਤੁਹਾਡੇ ਗਾਣੇ ਇਸ ਤਰ੍ਹਾਂ ਹੀ ਆਉਂਦੇ ਰਹਿਣ ਅਤੇ ਅਸੀਂ ਇਸ ਤਰ੍ਹਾਂ ਹੀ ਡਾਂਸ ਕਰਦੇ ਰਹੀਏ ਇਸ ਤਰ੍ਹਾਂ ਹੀ ਨੱਚਦੇ ਰਹੀਏ ਮੈਂ ਤੁਹਾਡੀ ਬੜੀ ਫੈਨ ਹਾਂ ਤੁਹਾਡੀ ਜਿਹੜੇ ਤੁਸੀਂ ਗੀਤ ਗਾਉਂਦੇ ਹੋ ਜੋ ਕਿ ਤੁਸੀਂ ਮਾਂ ਬੋਲੀ ਨੂੰ ਇੰਨਾ ਉੱਚਾ ਲਿਜਾ ਰਹੇ ਹੋ ਔਰ ਅਸੀਂ ਸਾਰੇ ਗੀਤ ਅਸੀਂ ਆਪਣੀ ਫੈਮਿਲੀ 'ਚ ਬੈਠ ਕੇ ਸੁਣਦੇ ਹਾਂ ਕਿਉਂਕਿ ਤੁਹਾਡੇ ਜੋ ਗੀਤ ਦੇ ਬੋਲ ਹੁੰਦੇ ਹਨ ਉਹ ਬੜੇ ਹੀ ਸੁੱਚੇ ਉੱਚੇ ਹੁੰਦੇ ਹਨ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇੰਝ ਹੀ ਗਾਉਂਦੇ ਰਹੋਗੇ ਅਤੇ ਸਾਨੂੰ ਨਿਹਾਲ ਕਰਦੇ ਰਹੋਗੇ ਸਰਬਜੀਤ ਚੀਮਾ ਭਾਅ ਜੀ ਤੁਹਾਡੇ ਬਹੁਤ ਗੀਤ ਵਧੀਆ ਪੰਜਾਬੀ ਗੀਤ ਸੱਭਿਆਚਾਰ ਬਹੁਤ ਵਧੀਆ ਹਨ ਗਾ ਦੋ ਚੰਗੇ ਗੀਤ ਲਿਖੋ ਚੰਗੇ ਬੋਲੋ ਤੇ ਸਾਨੂੰ ਬਹੁਤ ਮਜ਼ਾ ਆਵੇ ਚੀਮਾ ਜੀ ਤੁਹਾਡੀ ਫਿਲਮਾਂ ਬਹੁਤ ਅੱਛੀਆਂ ਹੈ ਤੁਸੀਂ ਤਾਂ ਮੇਰੇ ਫੇਵਰੇਟ ਸਿੰਗਰ ਵੀ ਹੋ ਬਹੁਤ ਮਿਹਰਬਾਨੀ ਜੀ ਇੱਦਾਂ ਇਸ ਤਰ੍ਹਾਂ ਕੰਮ ਕਰਦੇ ਰਹੋ ਸਾਨੂੰ ਖੁਸ਼ ਕਰਦੇ ਰਹੋ ਚੀਮਾ ਬਾਈ ਜੀ ਤੁਹਾਡਾ ਭੰਗੜਾ ਬਹੁਤ ਵਧੀਆ ਹੈ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਤੇ ਸਾਡੇ ਕਾਲਜ ਆਓ ਭੰਗੜਾ ਪਾਓ ਤੇ ਰੌਣਕਾਂ ਵਧਾਓ ਆ ਕੇ ਸਤਿ ਸ਼੍ਰੀ ਅਕਾਲ ਸਰਬਜੀਤ ਚੀਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਰਸ਼ਮੀ ਬੋਲ ਰਹੀ ਹਾਂ ਮੈਂ ਤੁਹਾਡੇ ਰੰਗਲਾ ਪੰਜਾਬ ਦਾ ਸੱਭਿਆਚਾਰਕ ਗੀਤ ਸੁਣਿਆ ਹੈ ਜੋ ਕਿ ਪ੍ਰਸ਼ੰਸਕ ਯੋਗ ਹੈ ਪਰਮਾਤਮਾ ਕਰੇ ਤੁਸੀਂ ਇਸ ਤਰ੍ਹਾਂ ਹੀ ਗਾਉਂਦੇ ਰਹੋ ਤੇ ਵਧੋ ਤੇ ਫੁੱਲੋ ਸਾਡਾ ਆਸ਼ੀਰਵਾਦ ਸਾਡੀ ਅਸੀਸਾਂ ਤੁਹਾਡੇ ਨਾਲ ਹੈਗੀਆਂ ਹਨ ਧੰਨਵਾਦ ਕਿਵੇਂ ਲੱਗੇ ਜੀ ਫਿਰ ਸੱਪ ਕਿਵੇਂ ਲੱਗਿਆ ਵੈਰੀ ਨਾਈਸ ਕੀ ਇਹਦੇ ਬਾਰੇ ਤੁਹਾਡੇ ਖਿਆਲ ਨੇ ਖਿਆਲ ਦੇਖੋ ਜੀ ਜਿੰਨਾ ਵਧੀਆ ਉਹਨਾਂ ਨੇ ਸਭ ਨੇ ਬੋਲਿਆ ਚਲੋ ਮੈਂ ਉਹਦੇ ਲਾਇਕ ਤਾਂ ਨਹੀਂ ਗਾ ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜੇ ਵੀ ਗਾਣੇ ਅਸੀਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਬਣਾਏ ਆ ਜਾਂ ਗਾਏ ਆ ਉਹ 'ਚ ਮੈਂ ਦਿਲ ਦੀ ਗੱਲ ਕਰਦਾ ਹੈ ਵੀ ਜੇ ਮੈਂ ਕਹਾਂ ਵੀ ਚਲੋ ਅਸੀਂ ਲੋਕਾਂ ਨੂੰ ਐਂਟਰਟੇਨ ਵੀ ਕਰਨਾ ਸਾਡਾ ਸਿੰਗਰ ਦਾ ਫਰਜ਼ ਬਣਦਾ ਉੱਥੇ ਸਾਡਾ ਕੋਈ ਸਮਾਜ ਪ੍ਰਤੀ ਸਾਡੇ ਯੂਥ ਪ੍ਰਤੀ ਬੱਚਿਆਂ ਪ੍ਰਤੀ ਸਾਡਾ ਕੋਈ ਫਰਜ਼ ਬਣਦਾ ਵੀ ਉਹਨਾਂ ਨੂੰ ਕੋਈ ਸੁਨੇਹਾ ਜਾਂ ਮੈਸੇਜ ਵੀ ਦੇ ਸਕੀਏ ਅਤੇ ਉਹ ਵਾਕਈ ਉਹ ਮਤਲਬ ਦਿਲ ਦੀ ਗੱਲ ਹੈ ਮੇਰੇ ਕਿ ਜਿਵੇਂ ਦਿਲ ਦੀ ਗੱਲ ਉਹਨਾਂ ਨੇ ਬੁੱਝੀ ਹੁੰਦੀ ਆ ਇੱਦਾਂ ਦੇ ਗਾਣੇ ਗਾ ਕੇ ਮੈਨੂੰ ਪਤਾ ਨਹੀਂ ਮੈਨੂੰ ਸਕੂਨ ਮਿਲਦਾ ਆਪਣੇ ਆਪ ਨੂੰ ਚਾਹੇ ਉਹ ਗਾਣਾ ਚੱਲੇ ਚਾਹੇ ਉਹ ਸੀ ਡੀ ਵਿਕੇ ਚਾਹੇ ਨਾ ਵਿਕੇ ਜਦੋਂ ਕੋਈ ਗਾਣਾ ਮੇਰਾ ਇੱਦਾਂ ਦਾ ਗਾਣਾ ਕੋਈ ਚੱਲਦਾ ਪੈਸਾ ਜਿਵੇਂ ਨਚਾਈ ਜਾਂਦਾ ਮੇਲਾ ਦੋ ਕੜੀਆਂ ਨਾ ਮਾਰੀ ਨੀਵਾਂ ਜਾਂ ਰੰਗਲਾ ਪੰਜਾਬ ਮੇਲਾ ਜੱਗ ਵਾਲਾ ਮਤਲਬ ਮੈਨੂੰ ਕੋਈ ਬਜ਼ੁਰਗ ਬੰਦਾ ਜਾਂ ਕੋਈ ਬੁੱਧੀਜੀਵੀ ਸੋਚ ਵਾਲਾ ਬੰਦਾ ਕੋਈ ਚੰਗਾ ਬੰਦਾ ਜਦੋਂ ਮੈਨੂੰ ਕੋਈ ਸਿਰ ਪਲੋਸਦਾ ਨਾ ਜੀ ਮੇਰਾ ਮੈਂ ਕਹਿੰਦਾ ਜੀ ਮੈਨੂੰ ਰੱਬ ਮਿਲ ਗਿਆ ਮੈਨੂੰ ਇਸ ਤੋਂ ਉੱਪਰ ਹੋਰ ਕੁਛ ਨਹੀਂ ਚਾਹੀਦਾ ਅਤੇ ਇਹ ਵੀ ਚਲੋ ਮੈਂ ਕਹਿੰਦਾ ਕਿ ਲੋਕਾਂ ਦੀਆਂ ਦੁਆਵਾਂ ਨੇ ਪਰਮਾਤਮਾ ਦੀ ਕਿਰਪਾ ਵੀ ਜਿਹਨੇ ਕੁਛ ਮੇਰੀ ਸੋਚ ਮੈਂ ਕਹਿ ਸਕਦਾ ਵੀ ਜਾਂ ਮੈਨੂੰ ਇਸ ਪਾਸੇ ਲਾਇਆ ਕਿ ਮੈਂ ਸਮਾਜ ਨੂੰ ਕੋਈ ਨਾ ਕੋਈ ਆਪਣੇ ਗੀਤਾਂ ਰਾਹੀਂ ਸੰਦੇਸ਼ ਜਾਂ ਕੋਈ ਸੁਨੇਹਾ ਦਿੰਦਾ ਰਹਾਂ ਜਿਹਦੇ ਨਾਲ ਵੀ ਕੁਝ ਨਾ ਕੁਝ ਸਾਡੇ ਲੋਕਾਂ ਦਾ ਸਾਡੇ ਸਮਾਜ ਦਾ ਸਬਰੇ ਬਾਈ ਜੀ ਇੱਕ ਗੱਲ ਇਹ ਵੀ ਹੈਗੀ ਹੈ ਵੀ ਜਿਹੜਾ ਰੰਗਲਾ ਪੰਜਾਬ ਤੁਹਾਡਾ ਗੀਤ ਹੈ ਜਿਹੜਾ ਸਾਰਿਆਂ ਨੇ ਤੁਹਾਡਾ ਨਾਂ ਲਿਆ ਆਈ ਥਿੰਕ ਸਭ ਤੋਂ ਫੇਮਸ ਗੀਤ ਤੁਹਾਡਾ ਰੰਗਲਾ ਪੰਜਾਬ ਆ ਰਾਰਾ ਰੀਰੀ ਦਾਰਾ ਵੀ ਬਹੁਤ ਫੇਮਸ ਹੈ ਪਰ ਰੰਗਲਾ ਪੰਜਾਬ ਉਹ ਗੀਤ ਬਹੁਤ ਵੱਡਾ ਗੀਤ ਪੰਜਾਬ ਦੀ ਜਦੋਂ ਗੱਲ ਆਉਂਦੀ ਹੈ ਨਾ ਜੀ ਕੋਈ ਸੈਲੀਬ੍ਰੇਸ਼ਨਸ ਵੀ ਹੋਣੀ ਹੁੰਦੀ ਹੈ ਤਾਂ ਇਹ ਮਸਟ ਹੈ ਵੀ ਉਹ ਗੀਤ ਚੱਲਣਾ ਹੀ ਚੱਲਣਾ ਇੱਕ ਕੰਮ ਕਰੀਏ ਫਿਰ ਹੁਣ ਵੈਸੇ ਪਹਿਲਾਂ ਮੇਰਾ ਪਲਾਨ ਤਾਂ ਹੈ ਨਹੀਂ ਸੀ ਰੰਗਲਾ ਪੰਜਾਬ ਦੀਆਂ ਇੱਕ ਦੋ ਲਾਈਨਾਂ ਜੀਆਂ ਗਾ ਹੀ ਲਓ ਬਹੁਤ ਪੰਜਾਬ ਘੁੰਮਿਆ ਅੱਜ ਆਪਾਂ ਪਿੰਡ ਵੀ ਜਾ ਕੇ ਆਏ ਲਓ ਜੀ ਲਓ ਹਾਂ ਬਈ ਰੰਗੇਲੇ ਪੰਜਾਬ ਉਹ ਰੰਗੇਲੇ ਪੰਜਾਬ ਦੀ ਸਿਫਤ ਸੁਣਾਵਾਂ ਜੀ ਜਿੱਥੇ ਰੱਬ ਵਰਗੀਆਂ ਬਾਵਾਂ ਧਰਤੀ ਪੰਜ ਦਰਿਆ ਦੀ ਰਾਣੀ ਉਹ ਜਿਸ ਦਾ ਸ਼ਰਬਤ ਉਹ ਜਿਸ ਦਾ ਸ਼ਰਬਤ ਵਰਗਾ ਪਾਣੀ ਉਹ ਜਿਸ ਦਾ ਅੰਮ੍ਰਿਤ ਵਰਗਾ ਪਾਣੀ ਓਏ ਬੱਲੇ 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 ਰੰਗਲਾ ਪੰਜਾਬ ਸਾਡਾ ਰੰਗਲਾ ਪੰਜਾਬ ਰੰਗਲਾ ਪੰਜਾਬ ਸਾਡਾ ਰੰਗਲਾ ਪੰਜਾਬ ਰਹੇ ਬਸਦਾ ਪੰਜਾਬ ਸਾਡਾ ਹੱਸਦਾ ਪੰਜਾਬ
ਤੇ ਸਾਡੇ ਪਿੰਡ ਰੱਬ ਵੱਸਦਾ ਮਿਹਰਬਾਨੀ ਮਜ਼ਾ ਆ ਗਿਆ ਬਹੁਤ ਵਧੀਆ ਇੱਥੇ ਮੈਨੂੰ ਲੱਗਦਾ ਇੱਥੇ ਹੀ ਆਪਾਂ ਹੁਣ ਪ੍ਰੋਗਰਾਮ ਖਤਮ ਕਰਨਾ ਚਾਹੀਦਾ ਬਹੁਤ ਵਧੀਆ ਲੱਗਿਆ ਜੀ ਸਾਰਾ ਦਿਨ ਆਪਾਂ ਨੇ ਇਕੱਠਿਆਂ ਨੇ ਅੱਜ ਲੰਘਾਇਆ ਔਰ ਬਹੁਤ ਗੱਲਾਂ ਜਿਹੜੀਆਂ ਕੀਤੀਆਂ ਨੇ ਅਤੇ ਬਾਈ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਕਹਿਣੀ ਉਹ ਇਹ ਹੈਗੀ ਹੈ ਵੀ ਤੁਸੀਂ ਸਾਨੂੰ ਮੈਸੇਜ ਦਿੰਦੇ ਰਹਿੰਦੇ ਹੋ ਵੀ ਆਹ ਵਾਲੇ ਆਰਟਿਸਟ ਸੱਦੋ ਇਹ ਵਾਲੇ ਆਰਟਿਸਟ ਸੱਦੋ ਬਈ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਵੀ ਆਪਾਂ ਵੀ ਬਹੁਤ ਕੋਸ਼ਿਸ਼ ਕਰਦੇ ਹਾਂ ਵੀ ਸਭ ਨੂੰ ਲਾਈਨਅਪ ਕਰ ਲਈਏ ਚੀਮੇ ਬਾਈ ਨੂੰ ਪੁੱਛ ਲਓ ਪਿਛਲੇ 6 ਮਹੀਨੇ ਤੋਂ ਇਹਨਾਂ ਨੂੰ ਕਹਿ ਰਹੇ ਹਾਂ ਬਾਈ ਜੀ ਸ਼ੂਟ ਕਰਨਾ ਸ਼ੂਟ ਕਰਨਾ ਉਹ ਕਿਉਂਕਿ ਪਹਿਲਾਂ ਤਾਂ ਕੈਨੇਡਾ ਸੀਗੇ ਔਰ ਇੱਧਰ ਆ ਕੇ ਫਿਰ ਮਸਰੂਫੀਅਤ ਹੁੰਦੀ ਹੈ ਕੋਈ ਹੋਰ ਸ਼ੋਅ ਹੁੰਦੇ ਨੇ ਅਸੀਂ ਕੋਸ਼ਿਸ਼ ਬਹੁਤ ਕਰਦੇ ਹਾਂ ਬਾਈ ਔਰ ਜਿੰਨੇ ਵੀ ਵੱਡੇ ਆਰਟਿਸਟ ਹੈਗੇ ਨੇ ਸਾਰੇ ਬਿਜ਼ੀ ਨੇ ਸਾਰਿਆਂ ਦੇ ਸ਼ੋਅ ਹੁੰਦੇ ਆ ਇਸ ਕਰਕੇ ਟਾਈਮ ਨਿਕਲਦਾ ਨਹੀਂ ਹੈਗਾ ਪਰ ਜਦੋਂ ਵੀ ਟਾਈਮ ਨਿਕਲਦਾ ਉਦੋਂ ਹੀ ਸ਼ੂਟ ਕਰ ਲੈਂਦੇ ਹਾਂ ਚੀਮੇ ਬਾਈ ਦਾ ਐਪੀਸੋਡ ਹੋ ਗਿਆ ਬਹੁਤਿਆਂ ਦੇ ਲਾਂਬੇ ਲੈ ਗਏ ਆ ਠੀਕ ਹੈ ਜੀ ਅਤੇ ਬਾਕੀ ਬਾਈ ਤੁਸੀਂ ਕੋਈ ਮੈਸੇਜ ਦੇਣਾ ਤਾਂ ਦੇ ਲਓ ਮੈਂ ਸਭ ਤੋਂ ਪਹਿਲਾਂ ਬੋਬੀ ਜੀ ਮੈਂ ਸਪੈਸ਼ਲੀ ਧੰਨਵਾਦ ਕਰੂੰਗਾ ETC ਚੈਨਲ ਪੰਜਾਬੀ ਜਿਨ੍ਹਾਂ ਦਾ ਪੰਜਾਬੀ ਕਲਚਰ ਦੇ ਨਾਲ ਬਹੁਤ ਗੂੜਾ ਮੋਹ ਆ ਜਿਨ੍ਹਾਂ ਨੇ ਬਹੁਤ ਲੰਬੇ ਸਮੇਂ ਤੋਂ ਪੰਜਾਬੀ ਕਲਚਰ ਨੂੰ ਪੰਜਾਬੀ ਜ਼ਬਾਨ ਨੂੰ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕੀਤਾ ਇਕੱਲੇ ਪੰਜਾਬ 'ਚ ਨਹੀਂ ਦੁਨੀਆ ਭਰ ਦੇ ਹਰ ਕੋਨੇ ਵਿੱਚ ਜਿਸ ਤਰ੍ਹਾਂ ਕੈਨੇਡਾ ਤੁਸੀਂ ਦੇਖਦੇ ਰਹਿੰਦੇ ਹੋ ਹਾਂ ਇਹ ਬਹੁਤ ਵੱਡੀ ਗੱਲ ਹੈ ਮੈਂ ਇਹ ਵੀ ਕਹਿੰਦਾ ਕਿ ਇਹ ਜਿਹੜਾ ETC ਪੰਜਾਬੀ ਚੈਨਲ ਹੈ ਇਹ ਮੇਰਾ ਖਿਆਲ ਸਭ ਤੋਂ ਵੱਡਾ ਚੈਨਲ ਹੈ ਪ੍ਰਦੇਸ਼ਾਂ ਦੇ ਵਿੱਚ ਜਿਹਨੂੰ ਲੋਕ ਦਿਲੋਂ ਪਿਆਰ ਅਤੇ ਮੁਹੱਬਤ ਕਰਦੇ ਆ ਸੋ ਸਾਰੀ ਸਮੁੱਚੀ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਟਾਈਮ ਕੱਢ ਕੇ ਇਹ ਪ੍ਰੋਗਰਾਮ ਰਿਕਾਰਡ ਕੀਤਾ ਤੁਹਾਡੇ ਨਾਲ ਸਾਂਝ ਪਾਉਣ ਦਾ ਮੌਕਾ ਮਿਲਿਆ ਜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਲਓ ਜੀ ਫਿਰ ਫੇਸਬੁੱਕ 'ਤੇ ਮਿਲਦੇ ਹਾਂ ਆਪਾਂ ਅਤੇ ਜੇ ਕੋਈ ਈਮੇਲ ਪਾਉਣੀ ਹੈ ਤਾਂ ਪਾ ਦਿਓ KHCH@ZNetwork.com ਚੰਗਾ ਬਾਈ ਫਿਰ ਸਤਿ ਸ਼੍ਰੀ ਅਕਾਲ ਜੀ